ਜੱਟਾਂ ਜਿਹੜੀ ਪਹਿਲੀ ਦੂਜੀ ਤੁਸੀਂ ਬਣਾਈ, ਜਗਦੀਪ ਭਾਈ ਨੇ ਤੀਜੀ ਤੁਹਾਡੇ ਕੋਲ ਕਿਵੇਂ ਖੋਲੀ? ਨਹੀਂ ਖੋਈ ਨਹੀਂ ਹੈ, ਐਕਚੁਅਲੀ ਅਸੀਂ ਤਾਂ ਰੋਜ਼ ਹੀ ਮਿਲਦੇ ਹਾਂ ਔਰ ਅਸੀਂ ਆਹ ਤੁਹਾਡੇ ਕੋਲ ਇਕੱਲੇ ਬੈਠੇ ਹਾਂ ਤਾਂ ਇਹਦੇ ਨਾਲ ਕਲੀਅਰ ਹੋ ਜਾਊਗਾ ਵੀ ਇਹ ਕੋਈ ਸਿਆਪਾ ਨਹੀਂ ਗਾ। ਮੈਨੂੰ ਲੱਗਦਾ ਕਿ ਜੇ ਇਹ ਪਾਰਟ 3 ਬਣਨਾ ਸੀਗਾ ਅਤੇ ਜਗਦੀਪ ਤੋਂ ਬੈਟਰ ਹੋ ਹੀ ਨਹੀਂ ਸਕਦਾ ਸੀ, ਉਹ ਨਵੀਂ ਫਰੈਸ਼ ਵੋਇਸ ਨਾਲ ਫਿਲਮ ਬਣਾਏਗਾ। ਅਸੀਂ ਐਕਚੁਅਲ 'ਚ ਫੀਲ ਜਾਣਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਡਾਇਰੈਕਟਰਸ ਨੇ ਦਲਜੀਤ ਦੀ ਜ਼ਿੰਦਗੀ 'ਚ ਯੋਗਦਾਨ ਦਿੱਤਾ, ਉਹਨਾਂ ਦੀ ਫਿਲਮਸ ਬਣਾਈਆਂ, ਅੱਜ ਉਹਨਾਂ ਦੇ ਇਸ ਰੁਤਬੇ ਨੂੰ ਜੋ ਗ੍ਰਾਫ ਅੱਜ ਜਿਸ ਲੈਵਲ 'ਤੇ ਦਲਜੀਤ ਦੋਸਾਂ 'ਚ ਹੈਗੇ ਨੇ, ਉਹ ਤੁਹਾਨੂੰ ਕਿਵੇਂ ਦਾ ਫੀਲ ਹੁੰਦਾ ਹੈ? ਸਭ ਤੋਂ ਪਹਿਲਾਂ ਤੁਸੀਂ ਪੰਜਾਬ 'ਚ ਆਈ ਥਿੰਕ ਸਭ ਤੋਂ ਜ਼ਿਆਦਾ ਡੈਡੀਕੇਟਿਡ ਅਤੇ ਹਾਰਡ ਵਰਕਰ ਹੋ, ਉਹ ਲੈਵਲ ਅਚੀਵ ਕਰਨਾ ਬਹੁਤ ਔਖਾ ਹੁੰਦਾ। ਮੈਂ ਤਾਂ ਪਲੇਨ ਦੇ ਅੰਦਰ ਆਉਂਦਾ ਹੋਇਆ ਇੱਕ ਕੌਫੀ ਵਿਦ ਕਰਨ ਦਾ ਐਪੀਸੋਡ ਦੇਖ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਸੀਜ਼ਨ 6 ਦੇ ਦੇਖਿਆ ਵੀ ਇੰਨੇ ਐਪੀਸੋਡ ਆ ਗਏ, ਇਹਨਾਂ 'ਚ ਤੁਸੀਂ ਦੱਸੋ ਜਿਊਰੀ ਬੁਲਾਈ ਕਿ ਤੁਹਾਡਾ ਬੈਸਟ ਤੁਹਾਡਾ ਮੇਲ ਜਿਹੜਾ ਉਹ ਬੰਦਾ ਜਿਹਨੇ ਜਿਹਦੀ ਅਸੀਂ ਇੰਟਰਵਿਊ ਲਈ ਕੌਣ ਆ, ਉਹ ਜਿਊਰੀ ਦੇ ਅੰਦਰ 4 ਬੰਦੇ ਬੈਠੇ ਸੀ, ਮਲਿਕਾ ਦੂਆ, ਵੀਰਦਾਸ, ਕਿਰਨ ਖੇਰ ਔਰ ਮਲਾਇਕਾ ਅਰੋੜਾ। ਚਾਰਾਂ ਦਾ ਸਾਰਿਆਂ ਦਾ ਇੱਕੋ ਦਿਲਜੀਤ। ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਟਾਈਮ ਬਾਅਦ ਅੱਜ ਇਕੱਠੇ ਹੋਏ ਹੋ, ਕਿੰਨੇ ਟਾਈਮ ਬਾਅਦ ਨਹੀਂ ਹੋਏ, ਇਹ ਤੁਹਾਨੂੰ ਲੱਗਦਾ ਕਿ ਜ਼ਰੂਰੀ ਆ ਇਕੱਠਾ ਹੋਣਾ? ਮੈਂ ਅਤੇ ਜਗਦੀਪ ਅਸੀਂ ਇੱਕੋ ਏਰੀਆ 'ਚ ਰਹਿੰਦੇ, ਉੱਥੇ ਤਾਂ ਸਾਡੀ ਅਕਸਰ ਮੁਲਾਕਾਤ ਹੋਈ ਆ, ਇਹਨਾਂ ਨਾਲ ਘੱਟ ਹੁੰਦੀ ਆ, ਇਹ ਕਦੀ ਕਦੀ ਦਿਸਦੇ ਆ, ਬਟ ਇਟਸ ਗੁੱਡ ਜਦੋਂ ਇੱਦਾਂ ਮੁਲਾਕਾਤ ਹੁੰਦੀ ਉਦੋਂ ਫਿਰ ਕਈ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ, ਅਸੀਂ ਚੁਗਲੀਆਂ ਵੀ ਕਰ ਲਈਦੀਆਂ ਸਪੈਸ਼ਲੀ ਪ੍ਰੋਡਿਊਸਰਾਂ ਦੀਆਂ। ਜਦੋਂ ਅਸੀਂ ਐਕਸਪੀਰੀਅੰਸਡ ਹੋ ਜਾਂਦੇ ਹਾਂ ਆਪਣੇ ਕੰਮ ਦੇ ਵਿੱਚ, ਡੈਫੀਨੇਟਲੀ ਤੁਹਾਡੇ ਅੰਦਰ ਉਹ ਸਿੱਖਣ ਦੀ ਸ਼ਮਤਾ ਹਲੇ ਰਹਿੰਦੀ ਆ, ਹਲੇ ਕੋਈ ਚੀਜ਼ ਹੁੰਦੀ ਆ ਤੁਹਾਨੂੰ ਵੀ ਹਾਂ ਯਾਰ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਦੋਂ ਮੈਂ ਡਾਇਰੈਕਟਰਸ ਨਾਲ ਜਾਂ ਆਪ ਵੀ ਵਿੱਚ ਹੋ ਕੇ ਵਿਚਰਿਆ ਆ ਸਾਰਿਆਂ ਨਾਲ। ਮੇਰੀ ਇੱਛਾ ਇਹ ਜ਼ਰੂਰ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰਾਈਟਰਸ ਨਾਲ ਗੱਲ ਕਰਾਂ। ਹੁਣ ਕੱਲ੍ਹ ਅਸੀਂ ਬੰਬੇ ਤੋਂ ਇਕੱਠੇ ਆਏ ਜਗਦੀਪ ਭਾਜੀ ਨਾਲ, ਮੈਂ ਇਹਨਾਂ ਨੂੰ ਕਿਹਾ ਮੇਰੇ ਲਈ ਕਿਉਂ ਨਹੀਂ ਲਿਖਦੇ, ਇਹ ਤਾਂ ਆਪ ਡਾਇਰੈਕਟਰ ਨੇ। ਫਿਰ ਉਹਨੇ ਮੈਨੂੰ ਉੱਥੋਂ ਏਅਰਪੋਰਟ ਤੋਂ ਇੱਥੇ ਤੱਕ ਹੋਟਲ ਤੱਕ ਮੈਨੂੰ ਕਹਾਣੀ ਸੁਣਾਈ, ਅਤੇ ਹੁਣ ਮੈਂ ਮੇਕ ਸ਼ੋਰ ਕਰਨਾ ਉਹ ਕਹਾਣੀ ਬਣੇ ਪਿਕਚਰ। ਐਕਟਰਸ ਦੀ ਨੀਡ ਲੱਗਦੀ ਆ ਆਪਣੀ ਇੰਡਸਟਰੀ 'ਚ, ਕਈ ਕਹਿੰਦੇ ਵੀ ਸਾਨੂੰ ਕਾਸਟ ਨਹੀਂ ਕੀਤਾ ਜਾਂਦਾ, ਕਈ ਕਹਿੰਦੇ ਵੀ ਸਾਡੇ ਵਾਸਤੇ ਇਹਨੂੰ ਸਾਨੂੰ ਪਿੱਛੋਂ ਦੀ ਮੋੜ ਦਿੱਤਾ ਜਾਂਦਾ ਜਾਂ ਕੁਛ ਕਹਿੰਦੇ ਆ। ਲੋਕ ਉਸ ਤਰੀਕੇ ਦਾ ਡੈਡੀਕੇਸ਼ਨ ਨਹੀਂ, ਉਸ ਤਰੀਕੇ ਦੀ ਮਿਹਨਤ ਨਹੀਂ ਕਰਨਾ ਚਾਹੁੰਦੇ। ਸੋ ਜੇ 100 ਬੰਦੇ ਆਉਂਦੇ ਤਾਂ ਮਸਾਂ ਉਹਦੇ 'ਚ ਇੱਕ ਬੰਦਾ ਤੁਸੀਂ ਕਹਿ ਸਕਦੇ ਹੋ ਕਿ ਉਹ ਰੈਡੀ ਹੈ ਉਸ ਲਈ, ਹੈ ਨਾ। ਸਾਨੂੰ ਵੀ ਸਾਰਿਆਂ ਨੂੰ 8-8, 10-10 ਸਾਲ ਮਿਨੀਮਮ ਲੱਗੇ ਆ। ਜਿਹੜੇ ਅੱਜ ਦੇ ਵੀ ਸਕਸੈਸਫੁਲ ਐਕਟਰਸ ਨੇ ਜਿੰਨੇ ਵੀ, ਉਹ ਛੋਟੇ ਰੋਲ ਤੋਂ ਹੀ ਉੱਤੇ ਆਏ ਨੇ, ਕਿਸੇ ਨੂੰ ਲਾਂਚਿੰਗ ਨਹੀਂ ਮਿਲੀ ਕਿਸੇ। ਤੁਸੀਂ ਅੱਜ ਦੇ ਜਿੰਨੇ 4-5 ਨਾਮ ਵਾਲੇ ਦੇਖ ਲਓ। ਮੈਂ ਇਸ ਕਨਵਰਸੇਸ਼ਨ ਲਈ ਸਪੈਸ਼ਲੀ ਮੈਂ ਬਹੁਤ ਐਕਸਾਈਟਿਡ ਸੀਗਾ, ਬਿਕੋਜ਼ ਮੇਰਾ ਦਿਲ ਸੀਗਾ ਕਿ ਕਦੀ 2 ਡਾਇਰੈਕਟਰ ਸਾਡੇ ਪੰਜਾਬ ਦੇ ਜਾਂ ਬਾਲੀਵੁੱਡ ਦੇ ਵੀ ਇਕੱਠੇ ਹੋ ਸਕਣ, ਇਕੱਠੇ ਮਿਲ ਸਕੀਏ। ਇਹ ਮੇਰੇ ਨਾਲ ਨਾਲ ਤੁਸੀਂ ਵੀ ਸਾਰੇ ਬੜੇ ਐਕਸਾਈਟਿਡ ਹੋਵੋਗੇ, ਐਂਡ ਮੈਨੂੰ ਇੱਦਾਂ ਲੱਗਦਾ ਆ, ਬਟ ਫਾਈਨਲੀ ਅਸੀਂ ਹੁਣ ਸਾਰਿਆਂ ਦੀ ਇਸ ਐਕਸਾਈਟਮੈਂਟ ਨੂੰ ਹੁਣ ਪੂਰਾ ਕਰਨ ਜਾ ਰਹੇ ਹਾਂ। ਮੇਰੇ ਨਾਲ ਜਗਦੀਪ ਸਿੱਧੂ ਭਾਜੀ ਐਂਡ ਅਨੁਰਾਗ ਭਾਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਬੜੀ ਖੁਸ਼ੀ ਹੈ ਕਿ 2 ਡਾਇਰੈਕਟਰ ਇਕੱਠੇ ਘੇਰਨੇ, ਬਹੁਤ ਔਖੇ ਨੇ ਪੰਜਾਬ 'ਚ। ਤੁਹਾਨੂੰ ਪਤਾ ਨਹੀਂ ਕਿਉਂ ਲੱਭਦੇ, ਕਿਉਂ ਨਹੀਂ ਲੱਭਦੇ, ਅਸੀਂ ਤਾਂ ਅਕਸਰ ਇਕੱਠੇ ਹੁੰਦੇ ਹਾਂ। ਨਹੀਂ ਭਾਜੀ, ਬਟ ਮੈਨੂੰ ਐਂ ਲੱਗਦਾ ਕਿ ਜਿਹੜਾ ਪੰਜਾਬ ਦਾ ਸਿਨੇਮਾ ਆ ਨਾ, ਤੁਸੀਂ ਇੰਨਾ ਕੁ ਸੋਹਣਾ ਸੰਭਾਲ ਕੇ ਰੱਖਿਆ ਹੋਇਆ ਆ, ਜਿਹਦੇ ਨਾਲ ਲੋਕ ਜਿਹੜੇ ਵਿਊਅਰਸ ਜੋੜੇ ਨੇ ਤੁਸੀਂ, ਅਤੇ ਕੁਛ ਜੋੜ ਰਹੇ ਹੋ, ਅਤੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਜੁੜਨਗੇ, ਇਹਦਾ ਸਭ ਤੋਂ ਵੱਡਾ ਕ੍ਰੈਡਿਟ ਮੇਰੇ ਖਿਆਲ ਤੋਂ ਡਾਇਰੈਕਟਰਸ ਨੂੰ ਜਾਂਦਾ ਆ, ਉਹਨਾਂ ਡਾਇਰੈਕਟਰਸ ਵਿੱਚ ਤੁਸੀਂ ਦੋਨੋਂ ਇੱਕ ਹੋ। ਹਾਂ, ਮਤਲਬ ਅਸੀਂ ਸਿਰਫ ਸਾਡੇ ਦੋਵਾਂ ਨੂੰ ਨਹੀਂ ਜਾਂਦਾ, ਵੀ ਆਰ ਜਸਟ, ਅਸੀਂ ਉਸ ਪੂਰੀ ਚੇਨ ਦਾ ਹਿੱਸਾ ਆ, ਹੈ ਨਾ। ਇੰਡਸਟਰੀ ਮਾਡਰਨ ਪੰਜਾਬੀ ਸਿਨੇਮਾ ਦਾ ਰਿਵਾਈਵਲ ਜਿਹੜਾ ਉਹ ਮਨਮੋਹਨ ਸਿੰਘ ਜੀ ਤੋਂ ਸ਼ੁਰੂ ਹੋਇਆ, ਜੀ ਆਇਆਂ ਨੂੰ ਤੋਂ। ਉਹ ਤੋਂ ਬਾਅਦ ਹੋਰ ਬਹੁਤ ਸਾਰੇ ਨਾਂ ਜੁੜੇ ਔਰ ਵੱਡੇ ਵੱਡੇ ਨਾਂ ਜੁੜੇ, ਟੈਲੈਂਟਡ ਲੋਕ, ਨਵਨੀਤ ਸਿੰਘ ਸੀਗਾ, ਮਨਦੀਪ ਕੁਮਾਰ ਹੈ, ਜਗਦੀਪ ਨੇ ਕੰਮ ਕੀਤਾ ਇੰਨਾ ਵਧੀਆ, ਸਮੀਪ ਭਾਜੀ ਹੈਗੇ ਨੇ, ਤੋ ਬਹੁਤ ਸਾਰੇ ਡਾਇਰੈਕਟਰ ਜਿਹੜੇ ਜੁੜੇ ਆ, ਜਿਹਦੇ ਕਰਕੇ
ਫਿਲਮਾਂ ਜਿਹੜੀਆਂ ਆ ਉਹ ਬਣਨੀਆਂ ਸ਼ੁਰੂ ਹੋਈਆਂ ਔਰ ਅੱਛੀਆਂ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, ਸਿਨੇਮਾ ਗਰੋ ਕੀਤਾ ਆ, ਆਡੀਅੰਸ ਵੀ ਪਸੰਦ ਕਰਨ ਲੱਗੀ ਪੰਜਾਬੀ ਸਿਨੇਮਾ ਨੂੰ ਫਿਰ ਤਾਂ। ਸੋ ਉਹ ਸਿਰਫ ਸਾਡਾ ਨਾਂ ਨਹੀਂ, ਅਸੀਂ ਲਿਸਟ 'ਚ ਕਾਫੀ ਥੱਲੇ ਆਉਂਦੇ ਹਾਂ ਤਾਂ ਦਿਸ ਅ ਹਿਊਜ ਲਿਸਟ। ਉਹ ਤੋਂ ਪਹਿਲਾਂ ਮਨੋਜ ਪੁੰਜੀ ਹੁੰਦੇ ਸੀਗੇ ਜਿਹੜੇ ਮਾਨ ਸਾਹਿਬ ਉਹਨਾਂ ਨਾਲ ਫਿਲਮਾਂ ਕਰਦੇ ਹੁੰਦੇ ਸੀਗੇ, ਉਹਨਾਂ ਨੇ ਕਿੱਡੀਆਂ ਵਧੀਆ ਸ਼ਹੀਦੇ ਮੁਹੱਬਤ ਬਣਾਈ ਸੀ ਉਹਨਾਂ ਨੇ, ਹੈ ਨਾ, ਤਾਂ ਬਹੁਤ ਵਧੀਆ ਵਧੀਆ ਫਿਲਮਾਂ ਕੀਤੀਆਂ ਸੀ ਉਹਨਾਂ ਨੇ। ਸੋ ਬਹੁਤ ਸਾਰੇ ਲੋਕ ਸਾਡੇ ਤੋਂ, ਦਿੱਗਜ ਲੋਕ ਸਾਡੇ ਤੋਂ ਵੱਡੇ ਜਿਹੜੇ ਆ ਉਹ ਆਏ ਆ ਇਸ ਤੋਂ ਪਹਿਲਾਂ ਲਿਸਟ 'ਚ। ਇਸ ਚੀਜ਼ ਦੀ ਰਿਸਪੋਂਸਿਬਿਲਿਟੀ ਲੱਗਦੀ ਹੈ ਜਗਦੀਪ ਵੀਰੇ ਕਿ ਜਿਵੇਂ ਜਿਵੇਂ ਦੋਨਾਂ ਨੂੰ ਸਵਾਲ ਆ ਕਿ ਜਿਵੇਂ ਜਿਵੇਂ ਲੋਕਾਂ ਦਾ ਕਰੇਜ਼ ਵੱਧਦਾ ਨਾ, ਲੋਕ ਤੁਹਾਡੀ ਫਿਲਮਾਂ ਨੂੰ ਪਸੰਦ ਕਰਨਾ ਸ਼ੁਰੂ ਕਰਦੇ ਨੇ, ਮੇਰੇ ਖਿਆਲ ਤੋਂ ਸਿਨੇਮਾ ਦੇ ਨਾਲ ਨਾਲ ਲੋਕਾਂ ਦੀ ਇੱਕ ਉਮੀਦ ਜੁੜ ਜਾਂਦੀ ਆ, ਕਿਉਂਕਿ ਡਾਇਰੈਕਟਰ ਬਹੁਤ ਵੱਡਾ ਪਾਰਟ ਹੁੰਦਾ ਆ ਯੂਨੋ ਫਿਲਮ ਬਣਾਉਣ ਦਾ, ਹੈ ਨਾ, ਪੂਰੀ ਫਿਲਮ ਉਹਦੇ 'ਤੇ ਯੂਨੋ ਰਾਈਟਰ ਹੋਵੇ ਜਾਂ ਪ੍ਰੋਡਿਊਸਰ ਹੋਵੇ, ਓਬਵੀਅਸਲੀ ਇਟ ਸਾਰੀ ਪੂਰੀ ਟੀਮ ਦੇ ਐਫਰਟ ਹੁੰਦੇ ਆ, ਬਟ ਇਹ ਰਿਸਪੋਂਸੀਬਿਲਿਟੀ ਤੁਹਾਨੂੰ ਲੱਗਦੀ ਹੈ ਕਦੀ ਕਦੀ ਫੀਲ ਕਰਦੇ ਹੋ ਕਿ ਪੂਰਾ ਪੂਰਾ ਸਿਨੇਮਾ ਅਸੀਂ ਯੂਨੋ ਸੰਭਾਲ ਕੇ ਰੱਖਿਆ, ਨਾਲੇ ਲੋਕਾਂ ਦੀ ਬੜੀ ਬੜੀ ਰਿਸਪੋਂਸੀਬਿਲਿਟੀ ਐਂਡ ਸਪੈਸ਼ਲੀ ਵਿੱਚ ਮੈਂ ਇੰਟਰਵਿਊ ਦੇ ਵਿੱਚ ਐਡ ਕਰਨਾ ਚਾਹੁੰਗਾ ਸਮੀਪ ਗੰਗਾ ਭਾਅ ਜੀ ਮੌਜੂਦ ਹੋ ਚੁੱਕੇ ਨੇ ਸਾਡੇ ਨਾਲ, ਅਤੇ ਇਹ ਹੁਣ ਕਾਮੇਡੀ ਅਤੇ ਸੀਰੀਅਸਨੈਸ ਸਾਰੀ ਇਕੱਠੀ ਹੋਈ ਗਈ ਇਸ ਇੰਟਰਵਿਊ 'ਚ ਭਾਅ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੋ? ਬਹੁਤ ਵਧੀਆ, ਗ੍ਰੇਟ ਭਾਅ ਜੀ। ਮੈਂ ਐਕਚੁਅਲ 'ਚ ਇਹੀ ਗੱਲ ਕਰ ਰਿਹਾ ਸੀਗਾ ਤੁਹਾਡੇ ਆਉਣ ਤੋਂ ਪਹਿਲਾਂ, ਮੈਂ ਕਿਹਾ ਵੀ ਨਾ ਸਿਨੇਮਾ ਦਾ ਬਹੁਤ ਵੱਡਾ ਪਾਰਟ ਰਹੇ ਹੋ, ਹੁਣ ਤੁਸੀਂ ਵੀ ਆ ਗਏ ਹੋ, ਹੈ ਨਾ, ਵੀ ਤੁਸੀਂ ਤਿੰਨੋਂ ਹੀ ਬਹੁਤ ਵੱਡਾ ਪਾਰਟ ਹੋ। ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਲੋਕ ਜੁੜੇ ਨੇ, ਜੁੜ ਰਹੇ ਨੇ ਅਤੇ ਜਿਹੜੇ ਅੱਗੇ ਆ ਕੇ ਜੁੜਨਗੇ, ਇਹਦਾ ਤੁਹਾਡੇ ਤਿੰਨਾਂ ਦਾ ਐਂਡ ਹੋਰ ਵੀ ਡਾਇਰੈਕਟਰਸ ਦਾ ਜਿਨ੍ਹਾਂ ਨੇ ਸਿਨੇਮਾ ਨੂੰ ਬੜਾ ਸੋਹਣਾ ਸੰਭਾਲ ਕੇ ਰੱਖਿਆ ਹੋਇਆ, ਬਹੁਤ ਵੱਡਾ ਯੋਗਦਾਨ। ਜੀ ਬਿਲਕੁਲ ਬਿਲਕੁਲ, ਇਹ ਤਾਂ ਹੈ ਹੀ। ਐਂਡ ਮੈਂ ਨਾ ਹੁਣ ਇਹੀ ਸਵਾਲ ਮੈਂ ਤੁਹਾਨੂੰ ਦੁਬਾਰਾ ਤੋਂ ਪੁੱਛਣਾ ਚਾਹੂੰਗਾ ਕਿ ਰਿਸਪੋਂਸੀਬਿਲਿਟੀ ਲੱਗਦੀ ਹੈ ਜਗਦੀਪ ਵੀਰੇ ਵੀ ਜਿਵੇਂ ਜਿਵੇਂ ਲੋਕਾਂ ਦਾ ਪਿਆਰ ਮਿਲਦਾ ਆ, ਜਿਵੇਂ ਜਿਵੇਂ ਲੋਕ ਤੁਹਾਡੀ ਫਿਲਮਾਂ ਨੂੰ ਪਸੰਦ ਕਰਨਾ ਸ਼ੁਰੂ ਹੁੰਦੇ ਨੇ, ਕਦੀ ਲੱਗਦਾ ਐਵੇਂ ਕਿ ਯਾਰ ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਸਾਡੇ ਹੱਥ ਵਿੱਚ ਹੈਗੀ ਜਿਹੜੀ ਤੁਹਾਨੂੰ ਸੰਭਾਲ ਕੇ ਰੱਖਣੀ ਪੈਣੀ? ਨਹੀਂ, ਰਿਸਪੋਂਸੀਬਿਲਿਟੀ ਤਾਂ ਫੀਲ ਹੁੰਦੀ ਹੈ ਕਿਉਂਕਿ ਐਂਡ ਆਫ ਦ ਡੇ ਇੱਕ ਇੰਟਰਟੇਨਮੈਂਟ ਇੰਡਸਟਰੀ ਹੈ, ਕਿੱਥੋਂ ਚੱਲ ਕੇ ਕਿੱਥੇ ਆ ਗਈ ਹੈ। ਸੋ ਬਹੁਤ ਸਾਰਾ ਪੈਸਾ ਇਨਵੋਲਵ ਹੁੰਦਾ ਪ੍ਰੋਡਿਊਸਰਸ ਦਾ, ਔਰ ਉਸ ਕਰਕੇ ਸਾਨੂੰ ਕਦੇ ਕਦੇ ਲੱਗਦਾ ਹੈ ਕਿ ਯਾਰ ਇੱਕ ਬਹੁਤ ਵੱਡਾ ਤੁਹਾਡੇ 'ਤੇ ਰਿਸਪੋਂਸੀਬਲ ਹੈ ਕਿ ਤੁਸੀਂ ਵਧੀਆ ਫਿਲਮ ਡਿਲੀਵਰ ਕਰੋ ਅਤੇ ਪ੍ਰੋਡਿਊਸਰਸ ਦਾ ਪੈਸਾ ਵੀ ਵਾਪਸ ਆਵੇ। ਸੋ ਬਟ ਉਹ ਕਦੇ ਕਦੇ ਹੀ ਹੁੰਦਾ ਹੈ ਕਿ ਉਹ ਫੀਲ ਹੁੰਦਾ, ਨਹੀਂ ਤਾਂ ਹਮੇਸ਼ਾ ਉਹ ਐਂ ਕੋਸ਼ਿਸ਼ ਹੁੰਦੀ ਹੈ ਕਿ ਯਾਰ ਇੱਕ ਫਿਲਮ ਹੈ, ਓਨੈਸਟੀ ਨਾਲ ਫਿਲਮ ਵਧੀਆ ਬਣੇ ਤਾਂ ਬਾਕੀ ਸਾਰਾ ਕੁਛ ਹੋ ਜੂਗਾ। ਭਾਅ ਜੀ ਜਿਵੇਂ ਅੱਜ ਇਕੱਠੇ ਹੋਏ ਹੋ ਸਾਰੇ ਡਾਇਰੈਕਟਰਸ, ਹੈ ਨਾ, ਅੱਜ ਇੱਕ ਸੈਸ਼ਨ ਤਾਜ ਦੇ ਵਿੱਚ, ਮੈਂ ਕਿਹਾ ਇਹ ਬੜਾ ਰੇਅਰ ਵੇਖਣ ਨੂੰ ਮਿਲਦਾ ਜਦੋਂ ਅਸੀਂ ਸਾਰੇ ਡਾਇਰੈਕਟਰਸ ਨੂੰ ਇਕੱਠੇ ਘੇਰ ਸਕੀਏ। ਨਹੀਂ ਇਹ ਪਰ ਇਹ ਬਹੁਤ ਵਧੀਆ ਇਨੀਸ਼ੀਏਟਿਵ ਆ ਜਿਹੜਾ ਇਹ ਹੈਗਾ, ਹੈ ਨਾ ਜੀ, ਫੈਸਟੀਵਲ ਦਾ। ਬਸ ਇਹਦੇ 'ਚ ਇੱਕੋ ਕਮੀ ਹੈ ਕਿ ਆਪਣੀ ਪੰਜਾਬੀ ਫਿਲਮ ਇੰਡਸਟਰੀ ਤੋਂ ਵਾਲੇ ਲੋਕ ਹੈ ਨਹੀਂ, ਵੀ ਮੇਰੇ ਖਿਆਲ ਨਾਲ ਸਾਡੇ ਤਿੰਨਾਂ ਤੋਂ ਇਲਾਵਾ ਕੋਈ ਹੋਰ ਦਿਖਿਆ ਵੀ ਨਹੀਂ ਇੱਥੇ, ਹੈ ਨਾ ਜੀ। ਅਤੇ ਉਹ ਅਗਲੇ ਸਾਲ ਤੋਂ ਜੇ ਰੈਗੂਲਰ ਕਰਦੇ ਆ ਤਾਂ ਉਹ ਜ਼ਰੂਰ ਕਰਨਾ ਚਾਹੀਦਾ, ਕਿਉਂ ਕਰਕੇ ਗੱਲ ਤਾਂ ਆਪਾਂ ਪੰਜਾਬੀ ਫਿਲਮਾਂ ਵਾਲਿਆਂ ਦੀ ਕਰ ਰਹੇ ਹਾਂ, ਅਤੇ ਕਰੀਏ ਆਪਾਂ ਫਿਲਮਾਂ ਵਾਲਿਆਂ ਦੇ ਵਿੱਚ ਬਹਿ ਕੇ ਨਾ, ਨਾਲੇ ਉਹਨਾਂ ਦੇ ਵੀ ਵਿਊਜ਼ ਵੀ ਪਤਾ ਲੱਗਣਗੇ। ਹਾਲੇ ਕੀ ਹੈ, ਸਿਰਫ ਡਾਇਰੈਕਟਰਸ ਦੇ ਵਿਊ ਪਤਾ ਲੱਗੇ ਨੇ, ਜੇ ਪ੍ਰੋਡਿਊਸਰ ਵਿੱਚ ਬੈਠੂਗਾ ਪ੍ਰੋਡਿਊਸਰ ਦਾ ਵੀ, ਹੈ ਨਾ, ਕਈਆਂ ਦੇ ਅੱਡ ਅੱਡ ਰਾਈਟਰਸ ਹੋਰ ਆਉਣਗੇ, ਸਾਰੇ ਤਰ੍ਹਾਂ ਦੇ ਲੋਕ ਆਉਣਗੇ, ਮਿਊਜ਼ਿਕ ਡਾਇਰੈਕਟਰ ਆਉਣਗੇ ਤਾਂ ਐਕਟਰਸ ਆਉਣਗੇ ਤਾਂ ਵਿਊਜ਼ ਮਿਲਣਗੇ ਅੱਡ ਅੱਡ। ਸੋ ਮੇਰੇ ਖਿਆਲ ਨਾਲ ਅਗਲੇ ਸਾਲ ਤੋਂ ਉਹ ਕਰਨਾ ਚਾਹੀਦਾ, ਬਟ ਨੈਵਰ ਦਾ ਲੈਸ ਜੋ ਇਹਨਾਂ ਨੇ ਸ਼ੁਰੂ ਕੀਤਾ ਉਹ ਕਮੈਂਡੇਬਲ ਆ ਔਰ ਬਹੁਤ ਵਧੀਆ ਗੱਲ ਹੈ ਜੀ। ਅਨੁਰਾਗ ਭਾਅ ਜੀ, ਇਹ ਡਿਸਕਸ਼ਨ ਜਦੋਂ ਸਾਰੇ ਡਾਇਰੈਕਟਰਸ ਬੈਠਦੇ ਹੋ, ਪ੍ਰੋਡਿਊਸਰਸ ਦਾ ਹੋਣਾ, ਰਾਈਟਰਸ ਦਾ ਹੋਣਾ, ਇਹ ਡਿਸਕਸ਼ਨ ਦੀ ਤੁਹਾਨੂੰ ਸਾਰਿਆਂ ਨੂੰ ਵੇਟ ਰਹਿੰਦੀ ਆ ਕਿ ਜਦੋਂ ਅਸੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਬੜਾ ਘੱਟ ਸਬਬ ਮਿਲਦਾ ਹੋਣਾ ਮੇਰੇ ਖਿਆਲ ਤੋਂ ਜਦੋਂ ਵੀ ਇੱਕ ਇੰਡਸਟਰੀ ਦੇ ਲੋਕ ਇਕੱਠੇ ਬੈਠ ਜਾਣ, ਸਪੈਸ਼ਲੀ ਇੱਕ ਪ੍ਰੋਫੈਸ਼ਨ ਦੇ ਲੋਕ ਜਿਵੇਂ ਤੁਸੀਂ ਸਾਰੇ ਡਾਇਰੈਕਟਰਸ ਹੋ। ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਟਾਈਮ ਬਾਅਦ ਅੱਜ ਇਕੱਠੇ ਹੋਏ ਹੋ, ਕਿੰਨੇ ਟਾਈਮ ਬਾਅਦ ਨਹੀਂ ਹੋਏ, ਬਟ ਅੱਜ ਇਕੱਠੇ ਹੋਏ ਹੋ ਫਾਈਨਲੀ, ਬਟ ਇਹ ਤੁਹਾਨੂੰ ਲੱਗਦਾ ਕਿ ਜ਼ਰੂਰੀ ਆ ਇਕੱਠਾ ਹੋਣਾ? ਓਬਵੀਅਸਲੀ ਬਿਲਕੁਲ ਜ਼ਰੂਰੀ ਆ, ਹੋਣਾ ਚਾਹੀਦਾ ਜ਼ਿਆਦਾ ਹੋਣਾ, ਐਂਡ ਨੋਟ ਜਸਟ ਕਿ ਜਿੱਦਾਂ ਆਪਾਂ
ਸਿਨੇਮੇਸਟਰ ਵਾਲਿਆਂ ਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਕਰਾਇਆ, ਇੱਥੇ ਤਾਂ ਚਲੋ ਮੌਕਾ ਬਣਿਆ, ਬਟ ਅਦਰਵਾਈਜ਼ ਸਿਰਫ ਇੱਕ ਪੰਜਾਬੀ ਸਿਨੇਮਾ ਦੇ ਲੈਵਲ 'ਤੇ ਵੀ ਇੱਦਾਂ ਦਾ ਕੋਈ ਐਫਰਟ ਕਰਨਾ ਚਾਹੀਦਾ ਕਿ ਜਿੱਥੇ ਜਿਹੜੇ ਇੰਡਸਟਰੀ 'ਚ ਇਨਵੋਲਵਡ ਆ ਜਾਂ ਡਾਇਰੈਕਟਰ ਆ ਜਾਂ ਰਾਈਟਰ ਆ ਜਾਂ ਪ੍ਰੋਡਿਊਸਰਸ ਆ, ਉਹਨਾਂ ਦੀ ਕੋਈ ਪਲੈਟਫਾਰਮ ਹੋਣਾ ਚਾਹੀਦਾ ਜਿੱਥੇ ਰੈਗੂਲਰ ਐਟਲੀਸਟ ਕੋਈ ਡਿਸਕਸ਼ਨ ਜਾਂ ਕੁਛ ਹੋਵੇ ਉਹਨਾਂ ਦੀ, ਹੈ ਨਾ, ਗੱਲਬਾਤ ਹੋਣੀ ਚਾਹੀਦੀ ਆ। ਹੁਣ ਜਿੱਦਾਂ ਜਗਦੀਪ ਆ, ਮੈਂ ਅਤੇ ਜਗਦੀਪ ਅਸੀਂ ਇੱਕੋ ਏਰੀਆ 'ਚ ਰਹਿੰਦੇ ਹਾਂ, ਉੱਥੇ ਤਾਂ ਸਾਡੀ ਅਕਸਰ ਮੁਲਾਕਾਤ ਹੋ ਜਾਂਦੀ ਆ, ਇਹਨਾਂ ਨਾਲ ਘੱਟ ਹੁੰਦੀ ਆ, ਇਹ ਕਦੀ ਕਦੀ ਦਿਸਦੇ ਆ, ਹੈ ਨਾ, ਰੇਅਰ ਹੀ ਕਿਤੇ ਇੱਦਾਂ ਟੱਕਰ ਜਾਣ ਤਾਂ ਟੱਕਰ ਜਾਣ, ਬਟ ਇਟਸ ਗੁੱਡ ਜਦੋਂ ਇੱਦਾਂ ਮੁਲਾਕਾਤ ਹੁੰਦੀ ਉਦੋਂ ਫਿਰ ਕਈ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ, ਅਸੀਂ ਚੁਗਲੀਆਂ ਵੀ ਕਰ ਲਈ ਦੀਆਂ ਸਪੈਸ਼ਲੀ ਪ੍ਰੋਡਿਊਸਰਾਂ ਦੀਆਂ, ਅਤੇ ਉਹ ਉਹ ਚੰਗਾ ਹੁੰਦਾ, ਇੱਕ ਹੈਲਦੀ ਐਟਮੋਸਫੇਅਰ ਵੀ ਕ੍ਰੀਏਟ ਹੁੰਦਾ ਆ। ਕਈ ਵਾਰੀ ਕਿਸੇ ਦੀ ਕੋਈ ਗੱਲ ਅੜੀ ਹੁੰਦੀ ਆ, ਕੁਛ ਹੁੰਦਾ ਆ, ਅਤੇ ਕੋਈ ਦੂਜਾ ਬੰਦਾ ਕਹਿ ਦਿੰਦਾ ਕਿ ਚਲੋ ਇਹ ਮੈਂ ਤੁਹਾਡੀ ਹੈਲਪ ਕਰ ਦਿੰਦਾ ਆ, ਮੈਂ ਨਾਂ ਨਹੀਂ ਲੈਣੇ, ਬਟ ਜਿੱਦਾਂ ਰੀਸੈਂਟਲੀ ਜਗਦੀਪ ਨੇ ਇੱਦਾਂ ਇੱਕ ਦੋ ਥਾਵਾਂ 'ਤੇ ਇੱਦਾਂ ਮੈਂ ਇਹਨੂੰ ਕਰਦੇ ਦੇਖਿਆ ਕਿ ਕਿਸੇ ਨੇ ਇਹਨੂੰ ਅਪਰੋਚ ਕੀਤਾ ਵੀ ਯਾਰ ਉਹ ਬਾਈ ਫਲਾਨੇ ਐਕਟਰ ਨਾਲ ਗੱਲ ਕਰਨੀ ਆ ਜਾਂ ਕਿੱਦਾਂ ਆ, ਅਤੇ ਹੀ ਹੈਜ਼ ਹੈਲਪਡ ਆਊਟ। ਆਈ ਐਮ ਸ਼ੋਰ ਸਮੀਪ ਭਾਅ ਜੀ ਨੇ ਵੀ ਕੀਤਾ ਹੋਏਗਾ, ਮੈਂ ਵੀ ਜਿੰਨਾ ਕੁ ਮੇਰੇ ਤੋਂ ਹੁੰਦਾ ਕੋਸ਼ਿਸ਼ ਕਰੀ ਦੀ ਆ ਕਿ ਯਾਰ ਤਾਂ ਕਿ ਸਾਡਾ ਇਹ ਹੁੰਦਾ ਯਾਰ ਵੀ ਫਿਲਮਾਂ ਬਣਦੀਆਂ ਰਹਿਣ, ਹੋਰ ਬਣਦੀਆਂ ਰਹਿਣ, ਹੈ ਨਾ, ਉਹਦੇ ਲਈ ਜੇ ਕੋਈ ਐਕਸਟਰਾ ਐਫਰਟ ਜਾਂ ਆਪਣੀ ਫਿਲਮ ਤੋਂ ਅਲੈਦਾ ਵੀ ਕੋਈ ਹੋਰ ਐਫਰਟ ਵੀ ਕਰਨਾ ਪੈਂਦਾ ਤਾਂ ਕਰੀਏ, ਪਰ ਜਿੰਨੀਆਂ ਜ਼ਿਆਦਾ ਇੱਦਾਂ ਦੀਆਂ ਮੀਟਿੰਗਸ ਹੋਣਗੀਆਂ ਉੰਨਾ ਜ਼ਿਆਦਾ ਉਹ ਹੋਏਗਾ। ਐਗਜੈਕਟਲੀ। ਐਂਡ ਮੇਰੇ ਦਿਲ 'ਚ ਨਾ ਇੱਕ ਸਵਾਲ ਆ, ਪਹਿਲਾਂ ਮੈਨੂੰ ਉਹ ਕਲੀਅਰ ਕਰ ਲੈਣ ਦਿਓ, ਉਸ ਤੋਂ ਬਾਅਦ ਮੈਂ ਸਾਰੇ ਕੁਸ਼ਚਨ ਪੁੱਟ ਕਰਾਂਗਾ, ਕਿਉਂਕਿ ਮੇਰੇ ਤੋਂ ਨਾ ਉਹ ਰੁੱਕ ਨਹੀਂ ਹੋਣਾ ਸੀ ਭਾਅ ਜੀ। ਤੁਸੀਂ ਵੀ ਸ਼ਾਇਦ ਮੇਰੇ ਸਵਾਲ ਨਾਲ ਐਗਰੀ ਕਰੋਗੇ, ਜੱਟ ਹੈ ਜਿਹੜੀ ਪਹਿਲੀ ਦੂਜੀ ਤੁਸੀਂ ਬਣਾਈ, ਜਗਦੀਪ ਭਾਅ ਨੇ ਤੀਜੀ ਤੁਹਾਡੇ ਕੋਲ ਕਿਵੇਂ ਖੋਲੀ? ਨਹੀਂ ਖੋਈ ਨਹੀਂ ਹੈ, ਐਕਚੁਅਲੀ ਅਸੀਂ ਤਾਂ ਰੋਜ਼ ਹੀ ਮਿਲਦੇ ਹਾਂ, ਔਰ ਅਸੀਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਆਪਸ ਸਾਡਾ ਵਧੀਆ ਡਿਸਕਸ਼ਨ ਹੋ ਕੇ ਅਤੇ ਫਿਰ ਸ਼ੁਰੂ ਹੋਈ ਹੈ ਫਿਲਮ। ਸੋ ਉਹਦੇ 'ਚ ਇਹੋ ਜਿਹਾ ਕੋਈ ਖੋਇਆ ਨਹੀਂ ਹੈ, ਕਿਉਂਕਿ ਕਈ ਵਾਰੀ ਪਾਰਟਸ ਹੁੰਦੇ ਆ ਫਿਲਮਾਂ ਦੇ, ਇੱਕ ਪਹਿਲਾ ਪਾਰਟ ਹੈ, ਦੂਜਾ ਪਾਰਟ ਹੈ, ਭਾਅ ਜੀ ਹੁਣ ਕੁਛ ਹੋਰ ਕਰ ਰਹੇ ਆ, ਸੋ ਸਰਕਮਸਟੈਂਸ ਜਾਂ ਚੀਜ਼ਾਂ ਇਹੋ ਜਿਹੀਆਂ ਬਣ ਜਾਂਦੀਆਂ, ਬਟ ਅਸੀਂ ਆਹ ਤੁਹਾਡੇ ਕੋਲ ਇਕੱਲੇ ਬੈਠੇ ਹਾਂ ਤਾਂ ਇਹਦੇ ਨਾਲ ਕਲੀਅਰ ਹੋ ਜਾਊਗਾ ਵੀ ਇਹ ਕੋਈ ਸਿਆਪਾ ਨਹੀਂਗਾ, ਨਹੀਂ ਤਾਂ ਇਹ ਬਹੁਤ ਉਹ ਟੈਗ ਲਾਈਨ ਬਣ ਕੇ ਚੱਲਣਾ ਸੀਗਾ। ਬਟ ਮੈਨੂੰ ਜਾਂ ਵਿਊਰਸ ਨੂੰ ਇਹ ਤੋਂ ਕੋਈ ਲੈਣਾ ਦੇਣਾ ਨਹੀਂ, ਫਿਲਮ ਬਣਨੀ ਚਾਹੀਦੀ ਆ, ਸੋਹਣੀ ਬਣਨੀ ਚਾਹੀਦੀ ਆ, ਅਤੇ ਦੋਨੇ ਤੁਸੀਂ ਤਿੰਨੋਂ ਹੀ ਧੁਰੰਦਰ ਡਾਇਰੈਕਟਰ ਹੋ ਭਾਅ ਜੀ, ਇਹ ਗੱਲ ਸੱਚ ਆ? ਬਿਲਕੁਲ, ਔਰ ਮੈਨੂੰ ਲੱਗਦਾ ਕਿ ਜੇ ਇਹ ਪਾਰਟ 3 ਬਣਨਾ ਸੀਗਾ ਤਾਂ ਜਗਦੀਪ ਤੋਂ ਬੈਟਰ ਹੋ ਹੀ ਨਹੀਂ ਸਕਦਾ ਸੀ, ਉਹ ਨਵੀਂ ਫਰੈਸ਼ ਵੋਇਸ ਨਾਲ ਫਿਲਮ ਬਣਾਏਗਾ, ਫਰੈਸ਼ ਆਈਡੀਆ ਲੈ ਕੇ ਆਏਗਾ ਉਹਦੇ 'ਚ, ਅਤੇ ਉਹ ਵਧੀਆ ਹੀ ਬਣੇਗੀ। ਆਈ ਐਮ ਸ਼ੋਰ ਉਹ ਬਹੁਤ ਵਧੀਆ ਰਾਈਟਰ ਡਾਇਰੈਕਟਰ ਹੈਗਾ ਹੀ ਹੈਗਾ, ਅਤੇ ਕਿਉਂ ਨਹੀਂ ਵਧੀਆ ਬਣੇਗੀ, ਆਫਕੋਰਸ। ਐਂਡ ਸਮੀਪਾ ਜੀ, ਜਿਵੇਂ ਸਾਰੇ ਹੀ ਕੋਮੇਡੀ ਬਣਾਉਂਦੇ ਨੇ, ਸੀਰੀਅਸ ਬਣਾਉਂਦੇ ਨੇ, ਯੂ ਨੋ ਐਕਸ਼ਨ ਵੀ ਵਿੱਚ ਵਿੱਚ ਸਾਰੇ ਹੀ ਡਾਇਰੈਕਟਰਸ ਯੂਜ਼ ਕਰਦੇ ਨੇ, ਜਿਵੇਂ ਇੱਕੋ ਪ੍ਰੋਫੈਸ਼ਨ ਕਦੀ ਵੀ ਸੇਮ ਚੀਜ਼ ਦਾ ਨਹੀਂ ਹੁੰਦਾ, ਸਕ੍ਰਿਪਟ ਦਾ ਨਹੀਂ ਹੁੰਦਾ, ਬਟ ਜਿਵੇਂ ਤੁਹਾਨੂੰ ਨਾ ਕੋਮੇਡੀ ਵਾਸਤੇ ਤੁਹਾਨੂੰ ਕੋਮੇਡੀ ਦਾ ਇੱਕ ਅੱਛਾ ਤੁਹਾਨੂੰ ਨਾਮ ਦਿੱਤਾ ਜਾਂਦਾ ਹੈ ਕਿ ਤੁਹਾਡੇ ਤੋਂ ਵਧੀਆ ਕੋਮੇਡੀ, ਤੁਸੀਂ ਵਧੀਆ 'ਚ ਕੋਮੇਡੀ ਬਣਾਉਂਦੇ ਹੋ, ਅੱਜ ਜਿਵੇਂ ਇਕੱਠੇ ਹੋਏ ਹੋ ਸਮੀਪਾ ਜੀ, ਅੱਜ ਕਿਹੜੀ ਚੀਜ਼ ਤੁਹਾਨੂੰ ਲੱਗੀ ਹੈ? ਕਿਉਂਕਿ ਨਾ ਇਸ ਏਜ ਦੇ ਵਿੱਚ ਆ ਕੇ ਜਦੋਂ ਅਸੀਂ ਐਕਸਪੀਰੀਅੰਸਡ ਹੋ ਜਾਂਦੇ ਹਾਂ ਆਪਣੇ ਕੰਮ ਦੇ ਵਿੱਚ, ਡੈਫੀਨੇਟਲੀ ਤੁਹਾਡੇ ਅੰਦਰ ਉਹ ਸਿੱਖਣ ਦੀ ਸ਼ਮਤਾ ਹਲੇ ਰਹਿੰਦੀ ਆ, ਹਲੇ ਕੋਈ ਚੀਜ਼ ਹੁੰਦੀ ਆ ਤੁਹਾਨੂੰ ਵੀ ਹਾਂ ਯਾਰ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਦੋਂ ਮੈਂ ਡਾਇਰੈਕਟਰਸ ਨਾਲ ਜਾਂ ਆਪ ਵੀ ਵਿੱਚ ਹੋ ਕੇ ਵਿਚਰਿਆ ਹਾਂ ਸਾਰਿਆਂ ਨਾਲ? 100% ਜਦ ਤੁਸੀਂ ਮਿਲਦੇ ਹੋ ਆਪਣੇ ਕੁਲੀਗਸ ਨੂੰ, ਉਹਨਾਂ ਦੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ, ਤਾਂ ਕਿਤੇ ਨਾ ਕਿਤੇ ਉਹਨਾਂ ਨਾਲ ਗੱਲਾਂ ਕਰਕੇ, ਉਹਨਾਂ ਦੀਆਂ ਗੱਲਾਂ ਸੁਣ ਕੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਉਹਨਾਂ ਦੀ ਅਪਰੋਚ ਸਿੱਖਣ ਨੂੰ ਮਿਲਦੀ ਆ ਵੀ ਇਹ ਕਿਵੇਂ ਅਪਰੋਚ ਕਰਦੇ ਆ ਫਿਲਮਾਂ ਨੂੰ ਜਾਂ ਇਹਨਾਂ ਦਾ ਨਜ਼ਰੀਆ ਕੀ ਆ ਫਿਲਮਾਂ ਨੂੰ ਲੈ ਕੇ, ਉਹ 'ਚ 100% ਸਿੱਖਣ ਨੂੰ ਮਿਲਦਾ। ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਦ ਤੁਹਾਡਾ ਵਰਕ ਐਕਸਪੀਰੀਅੰਸ ਇੰਨਾ ਹੋ ਜਾਂਦਾ, ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਚਾਹੁੰਦੇ ਹੋ ਕਿ ਨਹੀਂ?
100% ਮੇਰੀ ਇੱਛਾ ਇਹ ਜ਼ਰੂਰ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰਾਈਟਰਸ ਨਾਲ ਗੱਲ ਕਰਾਂ। ਹੁਣ ਕੱਲ੍ਹ ਅਸੀਂ ਬੰਬੇ ਤੋਂ ਇਕੱਠੇ ਆਏ ਜਗਦੀਪ ਭਾਜੀ ਨਾਲ, ਮੈਂ ਇਹਨਾਂ ਨੂੰ ਕਿਹਾ ਮੇਰੇ ਲਈ ਕਿਉਂ ਨਹੀਂ ਲਿਖਦੇ, ਇਹ ਤਾਂ ਆਪ ਡਾਇਰੈਕਟਰ ਨੇ, ਹੈ ਨਾ, ਰਾਈਟਰ ਵੀ ਨਹੀਂ। ਮੈਂ ਤਾਂ ਹੀ ਪੁੱਛਿਆ ਵੀ ਜਦ ਤੁਸੀਂ ਦੂਜਿਆਂ ਨੂੰ ਲਿਖਦੇ ਮੇਰੇ ਲਈ ਕਿਉਂ ਨਹੀਂ ਲਿਖਦੇ, ਤਾਂ ਹੁਣ ਇਹ ਇਹਨਾਂ ਨੂੰ ਸਮਝ ਆਏ ਜਵਾਬ ਨਾ ਦੇਣ, ਕਹਿੰਦੇ ਨਹੀਂ ਨਹੀਂ ਮੈਂ ਲਿਖਦਾ। ਫਿਰ ਉਹਨੇ ਮੈਨੂੰ ਉੱਥੋਂ ਏਅਰਪੋਰਟ ਤੋਂ ਇੱਥੇ ਤੱਕ ਹੋਟਲ ਤੱਕ ਮੈਨੂੰ ਕਹਾਣੀ ਸੁਣਾਈ, ਅਤੇ ਹੁਣ ਮੈਂ ਮੇਕ ਸ਼ੋਰ ਕਰਨਾ ਕਹਾਣੀ ਬਣੇ ਪਿਕਚਰ, ਤਾਂ ਉਹਦੇ ਨਾਲ ਫਰੈਸ਼ਨੈਸ ਆਊਗੀ। ਕਿਉਂ ਕਰਕੇ ਕਿਤੇ ਨਾ ਕਿਤੇ ਇਹਨਾਂ ਦੇ ਮਾਇੰਡ ਸੈੱਟ ਉਹੀ ਹੈ ਕਿ ਮੈਂ ਕਾਮੇਡੀਜ਼ ਬਣਾਉਣਾ, ਤਾਂ ਇਹਨਾਂ ਨੇ ਮੈਨੂੰ ਕਹਾਣੀ ਉਹੀ ਸੁਣਾਉਣੀ ਹੈ, ਪਰ ਕਿਉਂ ਕਰਕੇ ਕਹਾਣੀ ਇਹਨਾਂ ਦੀ ਆ, ਕਹਾਣੀ 'ਚ ਫਰੈਸ਼ਨੈਸ ਹੋਊਗੀ। ਤਾਂ ਉਹ ਮੇਰੇ ਖਿਆਲ ਐਂ ਇੱਕ ਤਰੀਕਾ ਜੀ ਹੋਰ ਆਪਣੇ ਆਪ ਨੂੰ ਗਰੋ ਕਰਾਉਣ ਦਾ, ਹੋਰ ਤਾਂ ਕੋਈ ਤਰੀਕਾ ਨਹੀਂ ਹੈ ਕਿ ਨਾਲ ਆਪਣੇ ਕਾਬਲ ਬੰਦੇ ਜੋੜੀ ਜਾਓ, ਅਤੇ ਹੈ ਨਾ ਉਹਨਾਂ ਦੀ ਕਾਬਲੀਅਤ ਤੁਹਾਡੇ ਤੁਹਾਨੂੰ ਵੀ ਤੁਹਾਡੀ ਰੱਬ ਹੋਰ ਸਮੀਪਾ ਜੀ ਬੜੀ ਵਧੀਆ ਦੇਖਣ ਨੂੰ ਮਿਲਦੀ ਹੈ ਜਦੋਂ ਰਾਈਟਰ ਆਪ ਹੋਵੇ ਨਾ ਡਾਇਰੈਕਟਰ, ਮੇਰੇ ਖਿਆਲ ਤੋਂ ਉਹ ਕਈ ਵਾਰ ਇੱਦਾਂ ਸੋਚਦਾ ਹੁੰਦਾ ਹੈ ਜਿਵੇਂ ਯੂਨੋ ਲੋਕਾਂ ਨੂੰ ਲੱਗਦਾ ਹੈ, ਕਦੀ ਇਸ ਚੀਜ਼ ਬਾਰੇ ਗਲਤ ਤਾਂ ਨਹੀਂ ਹੋਈ, ਲੋਕਾਂ ਨੂੰ ਇੱਦਾਂ ਲੱਗਦਾ ਹੈ ਕਿ ਸ਼ਾਇਦ ਉਹ ਆਪਣੀ ਲਿਖੀ ਹੋਈ ਫਿਲਮ ਹੀ ਆਪ ਡਾਇਰੈਕਟ ਕਰਨਾ ਪਸੰਦ ਕਰਦਾ ਆ। ਬਟ ਇਹ ਚੀਜ਼ ਮੈਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਚਲੋ ਵੀ ਹੁਣ ਰਾਈਟਰ ਜਗਦੀਪ ਭਾਅ ਜੀ ਹੋਣਗੇ, ਡਾਇਰੈਕਟ ਤੁਸੀਂ ਕਰੋਗੇ, ਸਾਨੂੰ ਈਗਰਲੀ ਵੇਟ ਰਹੂਗੀ। ਐਂਡ ਅਨੁਰਾਗ ਭਾਅ ਜੀ, ਜਗਦੀਪ ਭਾਅ ਜੀ, ਤੁਸੀਂ ਅੱਜ ਦਾ ਜਿਹੜਾ ਸਮਾਂ ਆ ਦਿਲਜੀਤ ਵੀਰੇ ਨੂੰ ਬੜਾ ਜ਼ਿਆਦਾ ਦੇਖਿਆ ਜਾ ਰਿਹਾ, ਐਂਡ ਤੁਸੀਂ ਦੋਨਾਂ ਨੇ ਸਭ ਤੋਂ ਜ਼ਿਆਦਾ ਸਮਾਂ ਉਹਨਾਂ ਦੇ ਨਾਲ ਬਿਤਾਇਆ ਕਿਉਂਕਿ ਸਾਰਿਆਂ ਨਾਲ ਜ਼ਿਆਦਾ ਫਿਲਮਸ ਤੁਸੀਂ ਦੋਨਾਂ ਨੇ ਕੀਤੀਆਂ ਨੇ, ਅੱਜ ਉਹਨਾਂ ਦੀ ਸਕਸੈਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਦਾ ਤੁਹਾਨੂੰ ਫੀਲ ਹੁੰਦਾ? ਬਿਕੋਜ਼ ਅਸੀਂ ਐਕਚੁਅਲ 'ਚ ਫੀਲ ਜਾਣਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਡਾਇਰੈਕਟਰਸ ਨੇ ਦਿਲਜੀਤ ਦੀ ਜ਼ਿੰਦਗੀ 'ਚ ਯੋਗਦਾਨ ਦਿੱਤਾ, ਉਹਨਾਂ ਦੀ ਫਿਲਮਸ ਬਣਾਈਆਂ, ਬੇਸ਼ੱਕ ਉਹ ਛੜਾ ਹੋਵੇ ਜਾਂ ਜੱਟ ਐਂਡ ਜੂਲੀਅਟ ਹੋਵੇ, ਹੈ ਨਾ, ਜਾਂ ਹੋਰ ਵੀ ਕਿੰਨੀਆਂ ਸਾਰੀਆਂ ਫਿਲਮਾਂ ਹੋਣ, ਅੱਜ ਉਹਨਾਂ ਦੇ ਇਸ ਰੁਤਬੇ ਨੂੰ ਜੋ ਗ੍ਰਾਫ ਅੱਜ ਜਿਸ ਲੈਵਲ 'ਤੇ ਦਿਲਜੀਤ ਦੋਸਾਂਝ ਹੈਗੇ ਨੇ, ਉਹ ਉਹ ਤੁਹਾਨੂੰ ਕਿਵੇਂ ਦਾ ਫੀਲ ਹੁੰਦਾ ਆ? ਸਭ ਤੋਂ ਪਹਿਲਾਂ ਤੁਸੀਂ ਦੱਸੋ। ਪਹਿਲੀ ਗੱਲ ਤਾਂ ਵੀ ਯੋਗਦਾਨ ਜਿਹੜਾ ਉਹ ਦੋਵੇਂ ਪਾਸਿਓਂ ਆ, ਜੇ ਮੇਰਾ ਯੋਗਦਾਨ ਹੈਗਾ ਉਹਨਾਂ ਦੀ ਲਾਈਫ 'ਚ ਤਾਂ ਉਹਨਾਂ ਦਾ ਵੀ ਹੈਗਾ ਮੇਰੀ ਲਾਈਫ 'ਚ, ਅਤੇ ਦੂਜੀ ਗੱਲ ਜਿਹੜੀ ਹੈ ਵੀ ਜਿਹੜਾ ਉਹਨਾਂ ਦਾ ਸਕਸੈਸ ਹੈ ਜਾਂ ਗਰੋਥ ਆ ਐਜ਼ ਐਨ ਆਰਟਿਸਟ, ਉਹ ਦੇਖ ਕੇ ਤਾਂ ਬਹੁਤ ਸਵਾਲ ਆਉਂਦਾ, ਬਹੁਤ ਮਜ਼ਾ ਆਉਂਦਾ ਆ, ਉਹ ਕਿਤੇ ਨਾ ਕਿਤੇ ਤੁਹਾਨੂੰ ਪਰਸਨਲ ਸੈਟਿਸਫੈਕਸ਼ਨ ਵੀ ਮਿਲਦੀ ਕਿਉਂਕਿ ਤੁਹਾਨੂੰ ਲੱਗਦਾ ਕਿ ਯਾਰ ਇਸ ਸਕਸੈਸ 'ਚ ਯੂਨੋ ਤੁਸੀਂ ਵੀ ਸ਼ਾਮਿਲ ਹੈਗੇ ਹੋ ਕਿਸੇ ਨਾ ਕਿਸੇ ਤਰੀਕੇ, ਹੈ ਨਾ, ਕਿਉਂਕਿ ਉਸ ਬੰਦੇ ਨਾਲ ਤੁਸੀਂ ਇੰਨਾ ਕੰਮ ਕੀਤਾ, ਉਹਨੂੰ ਗਰੋ ਕਰਦੇ ਦੇਖਿਆ, ਜਿਹੜੀਆਂ ਫਿਲਮਾਂ ਅਸੀਂ ਕੀਤੀਆਂ ਉਹਦੇ 'ਚ ਤਾਂ ਗਰੋ ਕਰਦੇ ਦੇਖਿਆ, ਬਟ ਉਹ ਤੋਂ ਅਲੱਗ ਵੀ ਐਜ਼ ਅ ਸਿੰਗਰ ਆਲਸੋ ਵਰਲਡ ਸਟੇਜ 'ਤੇ ਜਾਣਾ ਔਰ ਇੰਨੀ ਰਿਕਗਨੀਸ਼ਨ ਪੰਜਾਬੀ ਮਿਊਜ਼ਿਕ ਨੂੰ ਜਾਂ ਪੰਜਾਬੀ ਫਿਲਮਾਂ ਨੂੰ ਮਿਲਣੀ, ਉਹਨਾਂ ਕਰਕੇ ਉਹ ਦੇਖ ਕੇ ਤਾਂ ਬਹੁਤ ਮਜ਼ਾ ਆਉਂਦਾ। ਔਰ ਜਿਸ ਲੈਵਲ ਆਫ ਐਫੀਸ਼ੈਂਸੀ 'ਤੇ ਐਜ਼ ਐਨ ਆਰਟਿਸਟ ਉਹ ਓਪਰੇਟ ਕਰ ਰਿਹਾ ਇਹਦੀ ਡੇਟ 'ਤੇ, ਉਹ ਲੈਵਲ ਅਚੀਵ ਕਰਨਾ ਬਹੁਤ ਔਖਾ ਹੁੰਦਾ, ਅਤੇ ਜਦੋਂ ਤੁਸੀਂ ਕਿਸੇ ਨੂੰ ਵੀ ਉਹ ਅਚੀਵ ਕਰਦੇ ਦੇਖਦੇ ਹੋ ਤੁਹਾਨੂੰ ਬਹੁਤ ਮਜ਼ਾ ਆਉਂਦਾ, ਔਰ ਤੁਹਾਨੂੰ ਇਹ ਵੀ ਲੱਗਦਾ ਕਿ ਯਾਰ ਅਸੀਂ ਵੀ ਕਰਨਾ ਹੈ ਇਹ ਲੈਵਲ ਆਫ ਐਫੀਸ਼ੈਂਸੀ ਜਿਹੜਾ ਹੈ ਇਹਨੂੰ ਅਚੀਵ ਕਰਨਾ, ਅਤੇ ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਦੇਖ ਕੇ। ਮੈਂ ਤਾਂ ਬਹੁਤ ਇੰਜੋਏ ਕਰਦਾ ਉਹਨਾਂ ਦਾ ਸਕਸੈਸ, ਕੋਈ ਵੀ ਉਹਨਾਂ ਦੇ ਸ਼ੋਜ਼ ਵੀਡੀਓਜ਼ ਪਾਉਂਦੇ ਰਹਿੰਦੇ ਆ, ਹੈ ਨਾ, ਜਾਂ ਫਿਲਮਸ ਜਿਹੜੀਆਂ ਉਹ ਕਰਦੇ ਆ, ਜਾਂ ਚੋਇਸ ਆਫ ਫਿਲਮਸ, ਜਾਂ ਮੈਂ ਇਹ ਵੀ ਨੋਟ ਕਰਦਾ ਉਹਨਾਂ ਦੀ ਜਦੋਂ ਫਿਲਮ ਕੋਈ ਕਰ ਰਿਹਾ ਅਤੇ ਆਹ ਸੀਨ ਇੱਦਾਂ ਪਰਫੋਰਮ ਕੀਤਾ, ਅਤੇ ਜਦੋਂ ਅਸੀਂ ਕਰਦੇ ਸੀ ਉਦੋਂ ਉਹਨਾਂ ਨੇ ਕਿੱਦਾਂ ਕੀਤਾ ਹੋਣਾ, ਮੈਂ ਇਹ ਵੀ ਚੀਜ਼ ਨੋਟ ਕਰਦਾ, ਤਾਂ ਉਹ ਦੇਖ ਕੇ ਬੜਾ ਸਵਾਦ ਆਉਂਦਾ। ਆਰਟਿਸਟ ਹੋਵੇ, ਆਰਟਿਸਟ ਦੀ ਗਰੋਥ ਕਿਸੇ ਦੀ ਵੀ ਹੋਵੇ, ਉਹ ਦੇਖ ਕੇ ਤੁਹਾਨੂੰ ਬਹੁਤ ਸਵਾਦ ਆਉਂਦਾ, ਔਰ ਉਹ ਜਿਹੜੇ ਆਰਟਿਸਟ ਨਾਲ ਤੁਸੀਂ ਕੰਮ ਕੀਤਾ ਉਹਦੀ ਦੇਖ ਕੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ। ਜਿਵੇਂ ਮੈਂ ਹੁਣ ਨਾਗ ਭਾਈ ਨੂੰ ਪੁੱਛਿਆ ਆ, ਦਿਲਜੀਤ ਭਾਈ ਦੀ ਇੱਕ ਚੀਜ਼ ਜਮੀ ਸੇਮ ਲੱਗਦੀ ਹੈ ਸਮੀਪਾ ਜੀ, ਕਿ ਜਿੱਦਾਂ ਦਾ ਉਹਨਾਂ ਨੇ ਪੁਰਾਣੀ ਫਿਲਮਸ 'ਚ ਕੰਮ ਕੀਤਾ, ਜਿੱਦਾਂ ਦੇ ਕਰੈਕਟਰਸ ਉਹਨਾਂ ਨੇ ਕੀਤੇ, ਅੱਜ ਵੀ ਉਹ ਕਰੈਕਟਰਸ 'ਚ ਬਰਕਰਾਰ ਨੇ, ਅੱਜ ਵੀ ਉਹ ਫੀਲ ਸੇਮ ਆ, ਕਿਉਂਕਿ ਅਗਰ ਉਹ ਫਿਲਮਾਂ ਹਿੱਟ ਹੋਈਆਂ ਨੇ, ਉਸ ਹਿੱਟਨੈਸ ਦਾ ਜਿਹੜਾ ਯੂਨੋ ਟੈਗ ਹੈਗਾ ਆ, ਅੱਜ ਉਹ ਆਪਣੇ ਮਾਇੰਡ 'ਚ ਲੈ ਕੇ ਕੰਮ ਕਰ ਰਹੇ ਨੇ, ਅੱਜ ਵੀ ਉਸੇ ਰੁਤਬੇ ਨਾਲ, ਬੇਸ਼ੱਕ ਜ਼ਿੰਦਗੀ ਬਦਲ ਜਾਂਦੀ ਆਰਟਿਸਟ ਦੀ, ਬਟ ਉਹਨਾਂ ਦੇ ਅੰਦਰ ਕਰੈਕਟਰਾਈਜੇਸ਼ਨ ਜਿਹੜਾ ਇੱਕ ਐਕਟਰ ਹੈਗਾ ਅੰਦਰ ਤੋਂ, ਉਹ ਨਹੀਂ ਬਦਲਿਆ। ਇਹਦੇ ਬਾਰੇ ਤੁਸੀਂ ਨਹੀਂ, ਦਿਲਜੀਤ ਭਾਅ ਜੀ ਐਕਚੁਅਲੀ ਉਹ ਉਹਨਾਂ ਦਾ ਇਹੀ ਹੈ ਕਿ
ਪੰਜਾਬ 'ਚ ਆਈ ਥਿੰਕ ਸਭ ਤੋਂ ਜ਼ਿਆਦਾ ਡੈਡੀਕੇਟਿਡ ਅਤੇ ਹਾਰਡ ਵਰਕਰ ਆ ਉਹ, ਅਤੇ ਉਹ ਬਹੁਤ ਜ਼ਿਆਦਾ ਜਦੋਂ ਇੱਕ ਵਾਰੀ ਸੈੱਟ 'ਤੇ ਆ ਜਾਂਦੇ ਆ ਜਾਂ ਕਿਸੇ ਵੀ ਪ੍ਰੋਜੈਕਟ ਨਾਲ ਜੁੜਦੇ ਆ ਤਾਂ ਫਿਰ ਉਹ ਆਪਣਾ 100% ਦਿੰਦੇ, ਸੋ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਉਸ ਤਰੀਕ ਨੂੰ ਲੈ ਕੇ, ਹੈ ਨਾ। ਅਤੇ ਐਕਟਰ ਉਹ ਕਮਾਲ ਦੇ ਹੈਗੇ ਹੀ ਆ, ਕਰੈਕਟਰ ਫੜਨਾ ਉਹਨਾਂ ਲਈ ਬਹੁਤ ਆਸਾਨ ਹੈ। ਸਮੀਪ ਭਾਅ ਜੀ, ਮੈਂ ਜ਼ਰੂਰ ਚਾਹੂੰਗਾ ਤੁਸੀਂ ਇਹਦੇ ਬਾਰੇ ਜ਼ਰੂਰ ਆਪਣਾ ਥੋਟ ਪੁੱਛੋ। ਕਿਹਦੇ ਬਾਰੇ ਜੀ? ਦਿਲਜੀਤ ਭਾਅ ਜੀ ਬਾਰੇ। ਦੇਖੋ, ਦਿਲਜੀਤ ਭਾਅ ਜੀ ਦੀ ਸਕਸੈਸ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ, ਕਿਹਨੂੰ ਨਹੀਂ ਖੁਸ਼ੀ ਹੋਊਗੀ? ਇੱਕ ਆਪਣਾ ਬੰਦਾ ਇੱਥੋਂ ਪੰਜਾਬ ਤੋਂ, ਅੱਜ ਤੁਸੀਂ ਸਾਰੀ ਜਗ੍ਹਾ, ਮੈਂ ਤਾਂ ਪਲੇਨ ਦੇ ਅੰਦਰ ਆਉਂਦਾ ਹੋਇਆ ਇੱਕ ਕੌਫੀ ਵਿਦ ਕਰਨ ਦਾ ਐਪੀਸੋਡ ਦੇਖ ਰਿਹਾ ਸੀ, ਜਿਹਦੇ 'ਚ ਉਹਨਾਂ ਨੇ ਸੀਜ਼ਨ 6 ਦੇ ਦੇਖਿਆ ਵੀ ਇੰਨੇ ਐਪੀਸੋਡ ਆ ਗਏ, ਇਹਨਾਂ 'ਚ ਤੁਸੀਂ ਦੱਸੋ, ਜਿਊਰੀ ਬੁਲਾਈ ਕਿ ਤੁਹਾਡਾ ਬੈਸਟ, ਤੁਹਾਡਾ ਮੇਲ ਜਿਹੜਾ ਉਹ ਬੰਦਾ ਜਿਹਨੇ ਜਿਹਦੀ ਅਸੀਂ ਇੰਟਰਵਿਊ ਲਈ, ਕੌਣ ਆ ਉਹ? ਜਿਊਰੀ ਦੇ ਅੰਦਰ 4 ਬੰਦੇ ਬੈਠੇ ਸੀ, ਮਲਿਕਾ ਦੂਆ, ਵੀਰਦਾਸ, ਕਿਰਨ ਖੇਰ ਔਰ ਮਲਾਇਕਾ ਅਰੋੜਾ। ਚਾਰਾਂ ਦਾ, ਸਾਰਿਆਂ ਦਾ ਇੱਕੋ ਦਿਲਜੀਤ, ਔਰ ਕਿੱਡੀ ਮਤਲਬ ਸਾਡੇ ਲਈ ਤਾਂ ਬੜੀ ਪ੍ਰਾਊਡ ਹੋਣ ਵਾਲੀ ਗੱਲ ਹੈ ਕਿ ਸਾਡਾ ਬੰਦਾ ਇੱਥੇ ਜਾ ਕੇ ਅੱਜ ਬੰਬੇ ਦੇ ਅੰਦਰ ਗਾਹ ਪਾਇਆ ਪਿਆ ਉਹਨੂੰ, ਹੈ ਨਾ ਜੀ। ਸੋ ਇਟਸ ਅ ਵੈਰੀ ਵੈਰੀ, ਮੈਂ ਤਾਂ ਪ੍ਰਾਊਡ ਫੀਲ ਕਰਦਾ ਜੀ ਇਸ ਗੱਲ ਨੂੰ ਲੈ ਕੇ। ਔਰ ਉਹੀ ਰੂਪ ਦੇ ਨਾਲ ਆਪਣੇ ਪੰਜਾਬੀ ਫਿਲਮਾਂ ਦੇ ਅੰਦਰ ਪਹਿਲਾਂ ਸਰਦਾਰ ਹੀਰੋਜ਼ ਨਹੀਂ ਹੁੰਦੇ ਸੀ, ਇਹ ਤਾਂ ਹਿੰਦੀ ਫਿਲਮਾਂ ਦੇ ਅੰਦਰ ਐਕਸੈਪਟ ਹੋ ਗਏ ਨੇ। ਸੋ ਵੈਰੀ ਗੁੱਡ ਜੀ, ਤੁਸੀਂ ਜਿੱਥੇ ਵੀ ਦੇਖੋ ਉੱਥੇ ਉਹ ਦਿਖਦੇ ਨੇ, ਅਤੇ ਅੱਛੀ ਨਾ ਜੀ ਖੁਸ਼ੀ ਹੁੰਦੀ ਹੈ, ਚਾਹੇ ਉਹਨਾਂ ਦਾ ਵਿਆਹ ਹੈਗਾ ਅੰਬਾਨੀਜ਼ ਦਾ, ਉੱਥੇ ਪਰਫੋਰਮ ਕਰ ਰਹੇ ਕਿਤੇ, ਮਤਲਬ ਹੀ ਹੈਜ਼ ਮੇਡ ਅਸ ਵੈਰੀ ਪ੍ਰਾਊਡ। ਐਂਡ ਇੱਕ ਲਾਸਟ ਕੁਸ਼ਚਨ, ਦੈਨ ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ। ਤੁਹਾਨੂੰ ਤਿੰਨਾਂ ਨੂੰ ਇਹ ਸਵਾਲ ਆ ਕਿ ਜਿਵੇਂ ਜਿਵੇਂ ਹੁਣ ਦਿਲਜੀਤ ਵੀਰਾ ਜਾਂ ਪੰਜਾਬੀ ਬੇਸਿਕਲੀ ਹਿੰਦੀ ਫਿਲਮ 'ਚ ਕੰਮ ਕਰ ਰਹੇ ਨੇ, ਤੁਹਾਡੇ ਕੈਮਰੇਜ਼ ਦੇ ਵਿੱਚ ਕਿਆ ਅਸੀਂ ਦੇਖ ਸਕਾਂਗੇ ਆਉਣ ਵਾਲੇ ਸਮੇਂ 'ਚ ਜਗਦੀਪ ਭਾਅ ਜੀ, ਅਨੁਰਾਗ ਭਾਅ ਜੀ, ਸਮੀਪ ਭਾਅ ਜੀ, ਕਿ ਜਦੋਂ ਹਿੰਦੀ ਇੰਡਸਟਰੀ ਦੇ ਲੋਕ ਸਾਡੇ ਪੰਜਾਬ 'ਚ ਕੰਮ ਕਰਨ, ਤੁਸੀਂ ਇਹਦੇ ਬਾਰੇ ਕੀ ਸੋਚਦੇ? ਬਿਕੋਜ਼ ਤੁਸੀਂ ਆਪਣੇ ਕੈਮਰਾਜ਼ ਦੇ ਵਿੱਚ ਬੜੇ ਵੱਡੇ ਵੱਡੇ ਧੁਰੰਦਰਾਂ ਨੂੰ ਕੈਪਚਰ ਕੀਤਾ ਆ ਜਿਨ੍ਹਾਂ ਦਾ ਅੱਜ ਬਹੁਤ ਵੱਡਾ ਨਾਮ ਆ, ਅਤੇ ਤੁਸੀਂ ਇਹ ਚੀਜ਼ ਯੂਨੋ ਸਾਨੂੰ ਦੇਖਣ ਨੂੰ ਮਿਲੂਗੀ ਆਉਣ ਵਾਲੇ ਟਾਈਮ 'ਚ, ਜਾਂ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਕਦੀ ਨਾ ਕਦੀ ਐਸਾ ਟਾਈਮ ਜ਼ਰੂਰ ਆਏਗਾ ਜਦੋਂ ਇੰਡਸਟਰੀ ਸਾਰੀ ਇਕੱਠੀ ਹੋਊਗੀ ਅਤੇ ਅਸੀਂ ਕੰਮ ਉਹਨਾਂ ਨਾਲ ਵੀ ਕਰਾਂਗੇ? ਤੁਸੀਂ ਕੀਤਾ ਵੀ ਹੈ, ਬਟ ਅਸੀਂ ਹੋਰ ਜ਼ਿਆਦਾ ਯੂਨੋ ਦੇਖ ਸਕਾਂਗੇ, ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ? ਨਹੀਂ, ਐਕਚੁਅਲੀ ਪਹਿਲਾਂ ਦੀਆਂ ਤੁਸੀਂ ਪੰਜਾਬੀ ਫਿਲਮਾਂ ਦੇਖੋ ਤਾਂ ਉਹਨਾਂ 'ਚ ਬਾਲੀਵੁੱਡ ਦੇ ਬਹੁਤ ਸਾਰੇ ਐਕਟਰ ਕੰਮ ਕਰਦੇ ਸੀ। ਮੇਰਾ ਓਪੀਨੀਅਨ ਇਹ ਹੈ ਜੀ ਕਿ ਮੈਂ ਬੜੀ ਕੋਸ਼ਿਸ਼ ਕੀਤੀ ਹੈ ਵੀ ਇਹ ਬੰਦੇ, ਮੈਂ ਨਾਮ ਨਹੀਂ ਲਊਂਗਾ, ਪਰ ਬੰਬੇ ਦੇ ਬੜੇ ਬੰਦੇ ਫਿਲਮਾਂ ਦੇ ਅੰਦਰ ਲੈ ਕੇ ਹੋ, ਪਰ ਦੇਖੋ ਫਿਲਮਾਂ ਨਹੀਂ, ਵੈਸੇ ਵੀ ਨਹੀਂ ਚੱਲਦੀਆਂ ਇੱਥੇ ਦੇ ਬੰਦਿਆਂ ਨਾਲ ਵੀ ਨਹੀਂ ਚੱਲਦੀਆਂ, ਪਰ ਇੱਕ ਕੋਈ ਐਡੀਸ਼ਨਲ ਪੁੱਲ ਉਹਨਾਂ ਦੀ ਹੋਏ ਉਹ ਮੈਨੂੰ ਮਿਸਿੰਗ ਲੱਗੀ, ਕੋਈ ਇਹੋ ਜਿਹੀ ਲੱਗੀ ਨਹੀਂ ਕਿ ਜੇ ਉਹ ਨਾ ਵੀ ਹੁੰਦੇ ਤਾਂ ਫਿਲਮ ਨਹੀਂ ਚੰਗੀ ਸੀ ਤਾਂ ਨਹੀਂ ਚੱਲਣੀ ਸੀ, ਉਹਨਾਂ ਦੇ ਆਉਣ ਦੇ ਨਾਲ ਕੋਈ ਫਿਲਮ ਨੂੰ ਹੈਲਪ ਨਹੀਂ ਹੋਈ। ਦੂਜਾ ਮੇਰਾ ਮੰਨਣਾ ਇਹ ਹੈ ਕਿ ਇੱਥੇ ਦੀ ਆਡੀਅੰਸ ਆਪਣੇ ਬੰਬੇ ਵਾਲਿਆਂ ਨੂੰ ਆਊਟਸਾਈਡਰ ਸਮਝਦੀ ਹੈ ਕਿਤੇ ਨਾ ਕਿਤੇ, ਇਹ ਉਹਨਾਂ ਨੂੰ ਆਪਣੇ ਨਹੀਂ ਲੱਗਦੇ ਬੰਦੇ। ਜੇ ਛੋਟੇ ਛੋਟੇ ਰੋਲ ਕਰਾਉਣੇ ਆ ਓਕੇ ਆ, ਪਰ ਜੇ ਤੁਸੀਂ ਮੇਜਰ ਰੋਲ ਦੇਣਾ ਉਹ ਲੈਂਦੇ ਆਪਣੇ ਬੰਦੇ ਕਿਉਂ ਨਹੀਂ ਕਰਦੇ? ਉਹਨਾਂ ਦਾ ਕਨੈਕਟ ਵੀ ਇੱਥੇ ਦੇ ਬੰਦਿਆਂ ਨਾਲ ਜ਼ਿਆਦਾ ਹੈਗਾ, ਜਿਹਦਾ ਇੱਕ ਸਭ ਤੋਂ ਵੱਡਾ, ਪਰ ਮੈਂ ਇਹਦੇ ਕੰਟਰਡਿਕਸ਼ਨ ਵੀ ਹੈਗੀ, ਇਹਦੀ ਕੰਟਰਡਿਕਸ਼ਨ ਹੈਗੀ 1984 ਜਿਹੜੀ ਇਹਨਾਂ ਨੇ ਫਿਲਮ ਬਣਾਈ ਸੀ, ਉਹ 'ਚ ਜਿਹੜੇ ਮਦਰ ਸੀਗੇ ਉਹ ਬੰਬੇ ਦੇ ਆਰਟਿਸਟ ਸੀਗੇ, ਇੱਥੇ ਦੇ ਨਹੀਂ ਸੀਗੇ, ਔਰ ਉਹਨਾਂ ਨੂੰ ਸਾਰਿਆਂ ਨੇ ਪਿਆਰ ਦਿੱਤਾ। ਔਰ ਸੋ ਐਕਸੈਪਸ਼ਨਸ ਹੈਗੀਆਂ, ਪਰ ਮੇਰਾ ਐਕਸਪੀਰੀਅੰਸ ਹੈ ਕਿ ਐਕਸੈਪਸ਼ਨਸ ਹੀ ਨੇ ਉਹ, ਜ਼ਿਆਦਾਤਰ ਐਕਸੈਪਟੈਂਸ ਇੱਥੇ ਮਿਲਦੀ ਨਹੀਂ। ਹਾਂ, ਉਹ ਇਹ ਕਹਿ ਸਕਦੇ ਕਿ ਸ਼ਾਇਦ ਉਹ ਫਿਲਮਾਂ ਠੀਕ ਨਹੀਂ ਸੀਗੀਆਂ ਜਿਹ 'ਚ ਉਹਨਾਂ ਨੂੰ ਕਾਸਟ ਕੀਤਾ, ਇਹ ਇੱਕ ਗੱਲ ਹੋ ਸਕਦੀ ਹੈ। ਹੋਵੇ ਤਾਂ ਚੰਗੀ ਗੱਲ ਹੀ ਆ, ਆਰਟਿਸਟ ਦੀ ਜਿਹੜੀ ਕ੍ਰੋਸ ਮਾਈਗ੍ਰੇਸ਼ਨ ਆ, ਇੱਥੋਂ ਆਰਟਿਸਟ ਉੱਥੇ ਜਾ ਕੇ ਕੰਮ ਕਰਦੇ ਆ, ਉੱਥੋਂ ਆ ਕੇ ਇੱਥੇ ਕਰਨ,
ਚੰਗੀ ਗੱਲ ਆ, ਗਰੋਥ ਹੁੰਦੀ ਹੈ ਇਹਦੇ ਨਾਲ। ਬਟ ਇੱਕ ਗੱਲ ਮੈਂ ਇਹ ਵੀ ਕਹੂੰਗਾ ਕਿ ਜਿਹੜਾ ਆਰਟਿਸਟ ਉੱਥੇ ਫੋਰ ਐਗਜ਼ਾਮਪਲ ਲੈਟਸ ਸੇ ਹਿੰਦੀ ਸਿਨੇਮਾ 'ਚ ਜਿਹੜਾ ਚੰਗਾ ਕੰਮ ਕਰ ਰਿਹਾ ਜੇ ਕੋਈ ਆਰਟਿਸਟ, ਤਾਂ ਉਹ ਕਿਸੇ ਕੋਈ ਸ਼ੌਂਕ ਕਰਕੇ ਜਾਂ ਕਿਸੇ ਦੀ ਕੋਈ ਰਿਲੇਸ਼ਨਸ਼ਿਪ ਕਰਕੇ ਕਿ ਕਿਸੇ ਨਾਲ ਉਹ ਜੁੜਿਆ ਹੋਇਆ, ਕਿਸੇ ਨਾਲ ਉਹਦੀ ਦੋਸਤੀ ਹੈ, ਰਿਸ਼ਤਾ ਹੈ ਕੋਈ, ਕਿਸੇ ਦੀ ਰਿਕੁਐਸਟ 'ਤੇ ਇੱਦਾਂ ਤੋਂ ਆ ਕੇ ਕੰਮ ਕਰੇਗਾ। ਪਰ ਜਿਹੜੇ ਬੰਦੇ ਦਾ ਉੱਥੇ ਕੰਮ ਉੱਦਾਂ ਵਧੀਆ ਚੱਲ ਰਿਹਾ, ਉਹ ਨੋਟ ਜਸਟ ਪੰਜਾਬੀ, ਕਿਸੇ ਵੀ ਰੀਜਨਲ ਇੰਡਸਟਰੀ ਨੂੰ ਤੁਸੀਂ ਲੈ ਲਓ, ਵੈਦਰ ਇਟ ਇਜ਼ ਬੰਗਲਾ ਇੰਡਸਟਰੀ ਜਾਂ ਤਾਮਿਲ ਜਾਂ ਤੇਲਗੂ, ਉਹ ਉੱਧਰ ਜਾ ਕੇ ਕੰਮ ਨਹੀਂ ਕਰਦੇ ਆ। ਦੇ ਡੋਂਟ ਕੰਮ ਨਹੀਂ ਕਰਦੇ ਆ ਨਾ, ਉਹਦੇ ਕਈ ਰੀਜ਼ਨਸ ਆ। ਉਹਦੇ ਰੀਜ਼ਨਸ ਇਹ ਹੈ ਕਿ ਉਹਨਾਂ ਦੀ ਆਪਣੀ ਇੱਕ ਪੋਜੀਸ਼ਨ ਆ, ਰੁਤਬਾ ਆ ਉੱਥੇ, ਅਤੇ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਜਾ ਕੇ ਕਿਤੇ ਹੋਰ ਕੰਮ ਕਰਨ। ਅਤੇ ਫਿਰ ਉਹ ਜਦੋਂ ਕਿਤੇ ਯਾਰੀ ਦੋਸਤੀ 'ਚ ਜਾਂ ਇੱਦਾਂ ਤੁਸੀਂ ਰਿਕੁਐਸਟ ਕਰਦੇ ਹੋ, ਤਾਂ ਜਾਂ ਤਾਂ ਗੈਸਟ ਅਪੀਅਰੈਂਸ ਕਰਦੇ, ਜਿੱਦਾਂ ਅਕਸ਼ੈ ਸਰ ਨੇ ਕੀਤੀ ਸੀ ਭਾਅ ਜੀ ਹੋਣਾ ਨਾਲ, ਹੈ ਨਾ, ਅਤੇ ਉਹ ਜਾਂ ਉਹਨਾਂ ਦਾ ਆਪਣਾ ਇੰਟਰਸਟ ਹੁੰਦਾ। ਅਕਸ਼ੈ ਸਰ ਦਾ ਮੈਨੂੰ ਪਤਾ ਵੀ ਉਹਨਾਂ ਦਾ ਇੰਟਰਸਟ ਹੈਗਾ ਆ, ਬੀਂਗ ਆ ਪੰਜਾਬੀ, ਉਹਨਾਂ ਨੂੰ ਪੰਜਾਬੀ ਸਿਨੇਮਾ 'ਚ ਪੰਜਾਬੀ ਫਿਲਮਾਂ ਉਹ ਦੇਖਦੇ ਵੀ ਆ, ਗਾਣੇ ਵੀ ਸੁਣਦੇ ਆ, ਉਹਨਾਂ ਦਾ ਇੰਟਰਸਟ ਹੈਗਾ ਆ। ਅਤੇ ਇੱਦਾਂ ਜੇ ਕਿਸੇ ਦਾ ਇੰਟਰਸਟ ਹੋਵੇ ਫਿਰ ਤਾਂ ਉਹ ਹੁੰਦਾ ਆ। ਅਦਰਵਾਈਜ਼ ਕੀ ਹੁੰਦਾ ਹੈ ਕਿ ਜੇ ਮੰਨ ਲਓ ਕੱਲ੍ਹ ਨੂੰ ਇੱਦਾਂ ਦਾ ਕੁਛ ਹੋ ਜਾਂਦਾ, ਜਿੱਦਾਂ ਹੁਣ ਮੈਂ ਰਾਜਾਮੌਲੀ ਸਰ ਦੀ ਗੱਲ ਕਰਾਂ, ਉਹ ਪੈਨ ਇੰਡੀਆ ਫਿਲਮਾਂ ਐਡੇ ਵੱਡੇ ਸਟਾਰ, ਪਰ ਹਾਲੇ ਵੀ ਉਹ ਫਿਲਮਾਂ ਜਿਹੜੀਆਂ ਬਣਾ ਰਿਹਾ ਉਹ ਤੋਂ ਤੇਲਗੂ ਇੰਡਸਟਰੀ ਦੇ ਐਕਟਰਸ ਨਾਲ ਹੀ, ਸਟਾਰਸ ਨਾਲ ਹੀ ਬਣਾ ਰਿਹਾ, ਹੈ ਨਾ। ਫਿਲਮਾਂ ਤਾਂ ਹਿੰਦੀ 'ਚ ਡੱਬ ਹੋ ਕੇ ਜਾਂਦੀਆਂ, ਇੱਦਾਂ ਤਾਂ ਨਹੀਂ ਵੀ ਹਿੰਦੀ ਵਾਲੇ ਸਟਾਰ ਚਲੇ ਗਏ ਕਿ ਸਾਨੂੰ ਤੁਸੀਂ ਆਪਣੀ ਲੈਂਗੁਏਜ 'ਚ ਕੰਮ ਕਰਾ ਲਓ, ਨਹੀਂ। ਕੱਲ੍ਹ ਨੂੰ ਜੇ ਉਹ ਕਿਸੇ ਹਿੰਦੀ ਸਟਾਰ ਨਾਲ ਕੰਮ ਕਰਦੇ ਆ ਤਾਂ ਉਹ ਹਿੰਦੀ ਫਿਲਮ ਹੀ ਬਣੇਗੀ, ਉਹ ਨਹੀਂ ਬਣੇਗੀ। ਸੋ ਉਹ ਉਹ ਟ੍ਰਿਕੀ ਹੁੰਦਾ ਇੱਦਾਂ ਦਾ ਇੱਕ ਮੇਲ ਅਚੀਵ ਕਰਨਾ, ਜਿਹੜਾ ਆ ਉਹ ਡਿਫੀਕਲਟ ਹੁੰਦਾ ਆ। ਬਟ ਅਗੇਨ ਹੈਵਿੰਗ ਸੈਡ ਦੈਟ, ਹੋਵੇ ਤਾਂ ਚੰਗੀ ਗੱਲ ਆ। ਇੱਕ ਚੀਜ਼ ਦਾ ਵਰਗੀ ਜਵਾਬ ਦਿਓ ਕਿ ਜਦੋਂ ਵੀ ਜਿਵੇਂ RR ਵਰਗੀ ਫਿਲਮਾਂ ਨੇ ਜਾਂ KGF ਵਰਗੀ ਫਿਲਮਾਂ ਨੇ, ਉਹ ਜਦੋਂ ਇੱਥੇ ਬੋਲੀਵੁੱਡ 'ਚ ਰਿਲੀਜ਼ ਹੁੰਦੀਆਂ ਨੇ, ਜਦੋਂ ਸਾਊਥ ਦੀ ਫਿਲਮ ਬੇਸਿਕਲੀ ਉਹ ਹੁੰਦੀਆਂ ਨੇ ਰਿਲੀਜ਼ ਹੁੰਦੀਆਂ ਨੇ, ਤੁਹਾਨੂੰ ਹਿੰਦੀ ਫਿਲਮ ਕਿਹਾ ਜਾਂਦਾ ਆ, ਕਿ ਅਸੀਂ ਉਹਨੂੰ ਬੋਲੀਵੁੱਡ ਦੀ ਫਿਲਮ ਮੰਨਦੇ ਹਾਂ ਜਾਂ ਉਹਨੂੰ ਸਾਊਥ ਦੀ ਫਿਲਮ ਹੀ ਮੰਨਦੇ ਹਾਂ, ਬਿਕੋਜ਼ ਇੰਡਸਟਰੀ ਸਪੋਰਟ ਕਰਦੀ ਹੈ ਐਂਡ ਕੁਛ ਨਾ ਕੁਛ ਹਿੰਦੀ ਆਰਟਿਸਟ ਵੀ ਕੰਮ ਕਰਦੇ ਨੇ ਉਹਦੇ 'ਚ। ਬਟ ਇਹ ਕਨਫਿਊਜ਼ਨ ਰਹਿੰਦੀ ਆ ਆਡੀਅੰਸ ਵੀ, ਇਹ ਹਿੰਦੀ ਫਿਲਮ, ਇਹ ਬੋਲੀਵੁੱਡ ਦੀ ਫਿਲਮ ਆ ਜਾਂ ਇਹ ਕਿਤੇ ਦੀ ਫਿਲਮ ਆ, ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੀ ਕਲੈਰਿਟੀ ਕੀ ਹੈ ਵੀ ਤੁਹਾਨੂੰ ਕੀ ਲੱਗਦਾ ਕਿ ਸਾਊਥ ਦੀ ਫਿਲਮ ਆ ਇਹ ਜਾਂ ਇੱਧਰ ਦੀ ਫਿਲਮ ਆ? ਬਿਕੋਜ਼ ਅਸੀਂ ਨਾ ਆਰਟਿਸਟ ਤੋਂ ਇਲਾਵਾ ਅਸੀਂ ਫਿਲਮ ਦੀ ਗਰੋਥ ਦੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਇੱਦਾਂ ਲੱਗਦਾ ਕਿ ਸ਼ਾਇਦ ਇੰਡਸਟਰੀ ਹੋਰ ਜ਼ਿਆਦਾ ਗਰੋ ਕਰ ਰਹੀ ਆ ਜਾਂ ਆਪਣੀ ਬੋਲੀਵੁੱਡ ਦੀ ਇੰਡਸਟਰੀ ਜਾਂ ਇੰਡੀਅਨ ਇੰਡਸਟਰੀ। ਯਾਰ ਇੱਦਾਂ ਦੀਆਂ ਜਿਹੜੀਆਂ ਫਿਲਮਾਂ ਜਿਨ੍ਹਾਂ ਦਾ ਤੁਸੀਂ ਨਾਂ ਲਏ, ਉਹ ਤਾਂ ਸਾਊਥ ਨੌਰਥ ਤਾਂ ਗੱਲ ਰਹੀ ਨਹੀਂ ਗਈ, ਉਹ ਤਾਂ ਇੰਡੀਅਨ ਸਿਨੇਮਾ ਦੀਆਂ ਫਿਲਮਾਂ ਹੋ ਗਈਆਂ, ਹੈ ਨਾ। ਪੈਨ ਇੰਡੀਆ ਫਿਲਮਾਂ ਇੱਕ ਵਰਡ ਯੂਜ਼ ਟਰਮ ਯੂਜ਼ ਹੋਣੀ ਸ਼ੁਰੂ ਹੋਈ ਆ, ਪੈਨ ਇੰਡੀਆ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਟਰਮ ਬਣ ਗਈ ਅਤੇ ਇਸ ਕਰਕੇ ਸਾਰੇ ਯੂਜ਼ ਕਰਨ ਲੱਗ ਪਏ। ਬਟ ਉਹ ਓਬਵੀਅਸਲੀ ਉਹ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੂੰ ਨੈਸ਼ਨਲ ਲੈਵਲ 'ਤੇ ਐਕਸੈਪਟੈਂਸ ਮਿਲ ਗਈ ਆ, ਜਾਂ ਉਹ ਐਕਟਰਸ ਨੂੰ ਨੈਸ਼ਨਲ ਲੈਵਲ 'ਤੇ ਐਕਸੈਪਟੈਂਸ ਮਿਲ ਗਈ, ਪਰ ਉਹ ਫਿਲਮ ਪ੍ਰਾਈਮਰੀਲੀ ਜਿਹੜੀ ਕਰਦੇ ਫਿਰ ਵੀ ਆਪਣੀ ਜ਼ੁਬਾਨ 'ਚ ਹੀ ਕਰਦੇ ਆ, ਉਹ ਡੱਬ ਹੁੰਦੀ ਆ ਹਿੰਦੀ 'ਚ, ਭਾਵੇਂ ਜਿੱਦਾਂ ਹੁਣ ਜੇ ਆਪਾਂ ਕਹੀਏ ਵੀ ਆਲੀਆ ਨੇ ਜਾ ਕੇ RRR 'ਚ ਕੰਮ ਕੀਤਾ ਆ, ਅਤੇ ਇੱਦਾਂ ਤਾਂ ਹੈ ਨਹੀਂ ਕਿ ਉਹ ਹਿੰਦੀ ਫਿਲਮ ਬਣ ਗਈ ਉਹਦੇ ਨਾਲ, ਇਟ ਇਜ਼ ਸਟਿੱਲ ਸਾਰੇ ਉਹਦੇ ਐਕਟਰਸ ਜਿਹੜੇ ਹੈਗੇ ਆ, ਡਾਇਰੈਕਟਰ ਨੇ ਜਿਨ੍ਹਾਂ ਦਾ ਪੈਸਾ ਲੱਗਾ, ਉਹ ਸਾਰੇ ਤੇਲਗੂ ਇੰਡਸਟਰੀ ਦੇ ਲੋਕ ਆਏ, ਤਾਂ ਪ੍ਰਾਈਮਰੀਲੀ ਉਹਨਾਂ ਨੇ ਫਿਲਮ ਜਿਹੜੀ ਬਣਾਈ ਉਹ ਤੇਲਗੂ 'ਚ ਬਣਾਈ, ਬਾਅਦ 'ਚੋਂ ਹਿੰਦੀ 'ਚ ਡੱਬ ਹੋਈ ਆ, ਹੈ ਨਾ। ਜਾਂ ਐਡਵੈਸਟ ਕੋਈ ਮੇਕਰ ਇੱਦਾਂ ਕਰ ਲਏਗਾ ਕਿ ਦੋਵੇਂ ਲੈਂਗੁਏਜਸ 'ਚ ਸ਼ੂਟ ਕਰ ਲਏਗਾ, ਕਿ ਤੇਲਗੂ 'ਚ ਵੀ ਸ਼ੂਟ ਕਰ ਲਈ ਨਾਲ ਸੇਮ ਟਾਈਮ 'ਤੇ ਹਿੰਦੀ 'ਚ ਵੀ ਸ਼ੂਟ ਕਰ ਲਿਆ ਜੇ ਐਕਟਰ ਬੋਲ ਸਕਦੇ ਹਿੰਦੀ, ਅਤੇ ਉਹ ਲੇਬਲ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਵੈਦਰ ਇਟ ਇਜ਼ ਹਿੰਦੀ ਜਾਂ ਤੇਲਗੂ ਆ ਜਾਂ ਕਿਹੜੀ, ਉਹਦੇ ਨਾਲ ਕੀ ਫਰਕ ਪੈਂਦਾ? ਜੇ ਫਿਲਮ ਪਸੰਦ ਆ ਰਹੀ ਹੈ ਲੋਕਾਂ ਨੂੰ, ਆ ਰਹੀ ਹੈ, ਗੱਲ ਖਤਮ, ਹੈ ਨਾ। ਹੁਣ ਬੜੀਆਂ ਇੱਦਾਂ ਦੇ ਐਗਜ਼ਾਮਪਲ ਹੈਗੇ ਵੀ ਉਹ ਨਹੀਂ ਡੱਬ ਹੋਈਆਂ ਹਿੰਦੀ 'ਚ, ਡੱਬ ਨਹੀਂ ਹੋਈਆਂ, ਬਟ ਫਿਰ ਵੀ ਲੋਕਾਂ ਨੇ ਦੇਖੀਆਂ ਫਿਲਮ, ਲੋਕਾਂ ਨੇ ਇੰਜੋਏ ਕੀਤਾ ਫਿਲਮ। ਜਿਹਦੇ ਪਹਿਲਾਂ ਐਕਟਰਸ ਦੀ ਨੀਡ ਲੱਗਦੀ ਆ ਆਪਣੀ ਇੰਡਸਟਰੀ 'ਚ ਨਵੇਂ ਨਵਿਆਂ ਦੀ ਵੀ, ਜਿਵੇਂ ਕਿ ਕਿਉਂਕਿ ਆਪਣੀ ਇੰਡਸਟਰੀ 'ਚ ਮੋਸਟਲੀ ਲੋਕਾਂ ਨੂੰ ਸ਼ੌਂਕ ਬੜਾ ਹੁੰਦਾ ਆ
ਐਕਟਿੰਗ ਕਰਨ ਦਾ ਵੀ ਆ ਯੂਨੋ ਕਈ ਕਹਿੰਦੇ ਵੀ ਸਾਨੂੰ ਕਾਸਟ ਨਹੀਂ ਕੀਤਾ ਜਾਂਦਾ, ਕਈ ਕਹਿੰਦੇ ਵੀ ਸਾਡੇ ਵਾਸਤੇ ਯੂਨੋ ਸਾਨੂੰ ਪਿੱਛੋਂ ਦੀ ਮੋੜ ਦਿੱਤਾ ਜਾਂਦਾ ਜਾਂ ਕੁਛ ਕਹਿੰਦੇ ਆ, ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਲੋਕਾਂ ਦੇ ਅੰਦਰ ਫੇਮ ਦਾ ਝਸ ਹੈਗਾ ਆ ਪਰ ਉਹਨਾਂ ਦੇ ਅੰਦਰ ਐਕਟਿੰਗ ਦਾ ਕਰੇਜ਼ ਨਹੀਂ ਹੈ? ਐਕਚੁਲੀ ਇਹ ਲਾਈਨ 'ਚ ਜਿੰਨਾ ਫੇਮ ਹੈ, ਜਿਸ ਤਰੀਕੇ ਦਾ ਗਲੈਮਰ ਹੈ, ਉਹ ਹਰ ਬੰਦੇ ਨੂੰ, ਅੱਜ ਤੁਸੀਂ ਕਿਸੇ ਨੂੰ ਪੁੱਛ ਲਓ, ਹਰ ਬੰਦੇ ਨੇ ਐਕਟਰ ਬਣਨਾ। ਸੋ ਕੰਪੀਟੀਸ਼ਨ ਓਨਾ ਹੀ ਟਫ ਹੈ, ਉਹਦੀ ਤੁਹਾਡੀ ਆਪਦੀ ਤਿਆਰੀ ਹੋਣੀ ਚਾਹੀਦੀ ਹੈ, ਤੁਸੀਂ ਆਪ ਕਿੰਨੇ ਕੈਪੇਬਲ ਹੋ। ਔਰ ਜੈਨੂਅਨਲੀ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਹੈ, ਉੱਥੋਂ ਤੱਕ ਪਹੁੰਚਣਾ ਆਸਾਨ ਨਹੀਂ ਹੈ। ਲੋਕ ਉਸ ਤਰੀਕੇ ਦਾ ਡੈਡੀਕੇਸ਼ਨ ਨਹੀਂ, ਉਸ ਤਰੀਕੇ ਦੀ ਮਿਹਨਤ ਨਹੀਂ ਕਰਨਾ ਚਾਹੁੰਦੇ। ਸੋ ਜੇ 100 ਬੰਦੇ ਆਉਂਦੇ ਆ ਤਾਂ ਮਸਾਂ ਉਹਦੇ 'ਚੋਂ ਇੱਕ ਬੰਦਾ ਤੁਸੀਂ ਕਹਿ ਸਕਦੇ ਹੋ ਕਿ ਉਹ ਰੈਡੀ ਹੈ ਉਸ ਲਈ, ਹੈ ਨਾ। ਸਾਨੂੰ ਵੀ ਸਾਰਿਆਂ ਨੂੰ 8-8, 10-10 ਸਾਲ ਮਿਨੀਮਮ ਲੱਗੇ ਹੈ। ਸੋ ਉਹ ਇੱਕ ਡੈਡੀਕੇਸ਼ਨ ਔਰ ਉਨੀ ਮਿਹਨਤ, ਟੈਲੈਂਟ, ਉਹ ਸਭ ਚੀਜ਼ਾਂ ਦਾ ਕੰਬੀਨੇਸ਼ਨ ਚਾਹੀਦਾ ਉੱਥੇ ਤੱਕ ਪਹੁੰਚਣ ਲਈ। ਦੇਖੋ, ਨਵੇਂ ਆਡੀ ਨਵੇਂ ਚਿਹਰੇ ਤਾਂ ਆਉਣੇ ਚਾਹੀਦੇ ਆ, ਹੈ ਨਾ, 100% ਆਉਣੇ ਚਾਹੀਦੇ ਨੇ। ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਡਾ ਸੈਲਫ ਅਨੈਲਿਸਿਸ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਉਹ ਚੀਜ਼ ਡਿਜ਼ਰਵ ਕਰਦੇ ਹੋ ਜੋ ਸੋਚਦੇ ਹੋ ਕਿ ਮੈਨੂੰ ਮਿਲਣੀ ਚਾਹੀਦੀ ਹੈ, ਜਾਂ ਉਹਦੇ ਲਈ ਕੰਮ ਕਰਨਾ ਚਾਹੁੰਦੇ ਹੋ। ਉਹਨਾਂ ਇਟਸ ਡਿਫੀਕਲਟ, ਇੰਨਾ ਸੌਖਾ ਨਹੀਂ ਹੈ, ਬਟ ਨੈਵਰ ਦ ਲੈਸ ਮਿਹਨਤ ਕਰਕੇ ਜੇ ਕਰਦੇ ਰਹੋਗੇ ਜਗ੍ਹਾ ਮਿਲ ਜਾਂਦੀ ਹੈ ਜੇ ਬੰਦਾ ਲੱਗਿਆ ਰਹੇ। ਅਤੇ ਇਹ ਨਹੀਂ ਹੈ ਕਿ ਚਾਂਸ ਨਹੀਂ ਮਿਲਦਾ। ਜਿਹੜੇ ਅੱਜ ਦੇ ਵੀ ਸਕਸੈਸਫੁਲ ਐਕਟਰਸ ਨੇ, ਜਿੰਨੇ ਵੀ ਉਹ ਛੋਟੇ ਰੋਲ ਤੋਂ ਉੱਤੇ ਆਏ ਨੇ, ਕਿਸੇ ਨੂੰ ਲਾਂਚਿੰਗ ਨਹੀਂ ਮਿਲੀ ਕਿਸੇ। ਤੁਸੀਂ ਅੱਜ ਦੇ ਜਿੰਨੇ 4-5 ਨਾਮ ਵਾਲੇ ਦੇਖ ਲਓ, ਜ਼ਿਆਦਾ ਤੋਂ ਜ਼ਿਆਦਾ ਸੈਕਿੰਡ ਲੀਡ 'ਚ ਆਏ ਨੇ। ਇਹ ਨਹੀਂ ਹੈ ਕਿ ਸੋਲੋ ਫਿਲਮ ਕਿਸੇ ਨੂੰ ਮਿਲ, ਛੋਟੇ ਛੋਟੇ ਰੋਲਸ ਤੋਂ, ਟੌਪ ਦੇ 5 ਨਾਮ ਦੇ ਲੈ ਲਓ, ਸਭ ਛੋਟੇ ਛੋਟੇ ਰੋਲਾਂ ਤੋਂ ਉੱਤੇ ਆਏ ਨੇ। ਸੋ ਆਈ ਐਮ ਵੈਰੀ ਸ਼ੋਰ ਜਿਹੜਾ ਅਗਲਾ ਲੋਟ ਆਊਗਾ ਉਹ ਵੀ ਹਲੇ ਛੋਟੇ ਰੋਲ ਕਰ ਰਿਹਾ, ਉਹਨਾਂ 'ਚੋਂ ਨਿਕਲ ਕੇ ਆਊਗਾ। ਸੋ ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਵਾਸਤੇ। ਐਂਡ ਮੈਨੂੰ ਬੜੀ ਜ਼ਿਆਦਾ ਵੇਟ ਸੀ ਕਿ ਜਦੋਂ ਤਿੰਨਾਂ ਨੂੰ ਮੈਂ ਇਕੱਠੇ ਘੇਰ ਪਾਵਾਂ, ਬਟ ਅਨੁਰਾਗ ਭਾਅ ਜੀ ਸ਼ਾਇਦ ਅੱਜ ਕੱਲ੍ਹ ਘੱਟ ਦੇਖ ਰਹੇ ਨੇ, ਪਤਾ ਨਹੀਂ ਕਿਉਂ ਦੇਖ ਰਹੇ ਨੇ। ਤੁਸੀਂ ਕਹਿੰਦੇ ਘੱਟ ਫਿਲਮ ਕਿਉਂ ਕਰ ਰਹੇ ਭਾਅ ਜੀ? ਮੈਂ ਪਹਿਲਾਂ ਵੀ ਘੱਟ ਹੀ ਦੇਖਦਾ, ਪਰ ਹੁਣ ਕਿਉਂ ਦੇਖ ਰਹੇ? ਦੇਖੋਗੇ ਹੁਣ? ਚਲੋ, ਥੈਂਕ ਯੂ ਸੋ ਮਚ ਭਾਅ ਜੀ ਸਾਡੇ ਨਾਲ ਗੱਲ ਕਰਨ ਵਾਸਤੇ। ਐਂਡ ਉਮੀਦ ਆ ਹੁਣ ਛੇਤੀ ਮਿਲਦੇ ਅਗਲੀ ਵਾਰ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ।